ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਕੱਲ ਸਾਡੇ ਨਾਲ ਜੁੜੇ ਹੋਏ ਸੀ ਮਾਣਯੋਗ ਸਰਬਜੀਤ ਕੌਰ ਮਾਣੂਕੇ ਬੜਾ ਵਧੀਆ ਉਹਨਾਂ ਨੇ ਆਪਦੇ ਏਰੀਏ ਦਾ ਪੰਜਾਬ ਦਾ ਹਾਲ ਚਾਲ ਦੱਸਿਆ ਪਰ ਉਹ 24 ਘੰਟਿਆਂ ਦੇ ਵਿੱਚ ਪਹਿਲਾਂ ਤਾਂ ਹੁਣੇ ਕੁਛ ਘੰਟਿਆਂ ਪਹਿਲਾਂ ਹੀ ਖਬਰ ਆਈ ਹੈ ਕਿ ਪੰਜਾਬ ਕਮੇਟੀ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਨੇ 4 ਐਡਵਾਈਜ਼ਰ ਹੋਰ ਲਾਏ ਨੇ ਆਪਦੇ ਨਾਲ ਜਿਨ੍ਹਾਂ ਦੇ ਵਿੱਚ ਮੁਹੰਮਦ ਮੁਸਤਫਾ ਜਿਹੜੇ ਕਿ ਪਹਿਲਾਂ DGP ਸੀ ਪੰਜਾਬ ਪੁਲਿਸ ਦੇ ਉਸ ਤੋਂ ਬਾਅਦ ਸਿੱਖਿਆ ਅਤੇ ਹੈਲਥ ਦੇ ਵੱਡੇ ਅਫਸਰ ਪੰਜਾਬ ਦੇ ਡਾਕਟਰ ਪਿਆਰੇ ਲਾਲ ਗਰਗ ਉੱਗੇ ਜਰਨਲਿਸਟ ਮਾਲਵਿੰਦਰ ਸਿੰਘ ਮਾਲੀ ਅਤੇ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਉਹਨਾਂ ਦੇ ਨਵੇਂ ਐਡਵਾਈਜ਼ਰ ਹੋਣਗੇ ਸਾਡੇ ਵੱਲੋਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਗੱਲ ਫਿਰ ਉੱਥੇ ਆਉਂਦੀ ਹੈ ਕਿ ਅਹੁਦਿਆਂ ਦਾ ਮਤਲਬ ਨਹੀਂ ਹੁੰਦਾ ਬਹੁਤ ਚੰਗੀ ਗੱਲ ਉਹਨਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਬਹੁਤ ਚੰਗੀ ਗੱਲ ਹੈ ਪਰ ਗੱਲ ਫਿਰ ਮੁੱਦਿਆਂ ਦੀ ਅਤੇ ਪੰਜਾਬ ਦੀ ਭਲਾਈ ਦੀ ਹੋਣੀ ਚਾਹੀਦੀ ਹੈ ਅੱਗੇ ਚੱਲਦੇ ਹਾਂ ਦਰਸ਼ਕੋ ਵੈਸਟ ਬੰਗਾਲ ਦੀ ਚੀਫ ਮਿਨਿਸਟਰ ਮਮਤਾ ਬੈਨਰਜੀ ਨੂੰ ਇੰਟਰਨੈਸ਼ਨਲ ਪੀਸ ਕਾਨਫਰੰਸ ਲਈ ਇਟਲੀ ਬੁਲਾਇਆ ਗਿਆ ਉਹ ਕਿਉਂ ਉਹਨਾਂ ਦਾ ਚੋਣ ਹੋਇਆ ਕਿਉਂਕਿ ਉਹਨਾਂ ਨੇ ਬੜੀ ਦਲੇਰੀ ਨਾਲ ਜਿੰਨਾ ਪ੍ਰੋਪਗੰਡਾ ਉਹਨਾਂ ਦੇ ਖਿਲਾਫ਼ ਕੀਤਾ ਗਿਆ ਸੀ ਵੈਸਟ ਬੰਗਾਲ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਉਹਨਾਂ ਨੇ ਬੜੀ ਦਲੇਰੀ ਨਾਲ ਨਜਿੱਠਿਆ ਅਤੇ ਆਪ ਬਹੁਤ ਘੱਟ ਬੋਲੀ ਬੜੀ ਸ਼ਾਂਤੀ ਨਾਲ ਉਹਨਾਂ ਨੇ ਹਰ ਚੀਜ਼ ਹੈਂਡਲ ਕੀਤੀ ਔਰ ਵੈਸਟ ਬੰਗਾਲ ਜਦੋਂ ਦੇ ਉਹ ਤੀਸਰੀ ਵਾਰ ਮੁੱਖ ਮੰਤਰੀ ਬਣੇ ਹੈ ਕਾਫ਼ੀ ਸ਼ਾਂਤਮਈ ਮਾਹੌਲ ਨਾਲ ਉਹ ਸਟੇਟ ਵਿੱਚ ਰਿਹਾ ਇਸ ਕਰਕੇ ਉਹਨਾਂ ਨੂੰ ਇੰਟਰਨੈਸ਼ਨਲ ਪੀਸ ਕਾਨਫਰੰਸ ਲਈ ਇਟਲੀ ਬੁਲਾਇਆ ਗਿਆ ਉਸ ਤੋਂ ਬਾਅਦ ਗੱਲ ਕਰਦੇ ਦਰਸ਼ਕੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਨੂੰ ਮਿਲੇ ਅਤੇ ਜਿਹੜੇ ਹੈਲਥ ਮਿਨਿਸਟਰ ਨੇ ਮਾਨਯੋਗ ਮੰਡਾਵੀਆ ਜੀ ਉਹਨਾਂ ਨੂੰ ਵੀ ਮਿਲੇ ਕਿਉਂਕਿ ਆਉਣ ਵਾਲੀ ਤੀਸਰੀ ਲਹਿਰ ਲਈ ਉਹਨਾਂ ਨੇ ਜਿਹੜੀ ਹੈ ਉਹ ਆਪਦੀ ਵੈਕਸੀਨ ਦੀ ਮੰਗ ਕੀਤੀ ਸੀਗੀ ਤਾਂ ਦੇਖੋ ਆਉਣ ਵਾਲਾ ਵਕਤ ਕੀ ਕਰਦਾ ਔਰ ਖਾਸ ਕਰਕੇ ਖਦਸ਼ਾ ਪ੍ਰਧਾਨ ਮੰਤਰੀ ਜੀ ਨੂੰ ਉਹਨਾਂ ਨੇ ਜਿਤਾਇਆ ਕਿ ਕਿਸਾਨਾਂ ਦਾ ਜਿਹੜਾ ਮਸਲਾ ਛੇਤੀ ਤੋਂ ਛੇਤੀ ਹੱਲ ਹੋਇਆ ਕੀਤਾ ਜਾਵੇ ਦਰਸ਼ਕੋ ਆਪਾਂ ਗੱਲਾਂ ਹੋਰ ਬਹੁਤ ਕਰਦੇ ਹਾਂ ਜਿੱਦਾਂ ਕਿ ਇੱਕ ਪੋਜ਼ਿਟਿਵ ਖਬਰ ਆਈ ਹੈ ਕਿ ਅੰਮ੍ਰਿਤਸਰ ਤੋਂ ਲੰਡਨ ਦੀ ਏਅਰ ਇੰਡੀਆ ਦੀ ਫਲਾਈਟ 16 ਅਗਸਤ ਤੋਂ ਸਿੱਧੀ ਜਿਹੜੀ ਪਿਛਲੇ ਸਾਲ 2020 ਦਸੰਬਰ ਤੋਂ ਬੰਦ ਪਈ ਸੀ ਉਹ 16 ਅਗਸਤ 2021 ਤੋਂ ਸ਼ੁਰੂ ਹੋ ਰਹੀ ਹੈ ਕਿਉਂਕਿ ਪਹਿਲਾਂ ਜਿਹੜਾ ਇੰਡੀਆ ਉਹ ਰੈੱਡ ਯਾਨੀ ਕਿ ਲਾਲ ਸੂਚੀ ਦੇ ਵਿੱਚ ਸੀ ਇੰਗਲੈਂਡ ਦੇ ਵਿੱਚ ਉਹਨਾਂ ਨੇ ਹੁਣ ਉਹਨੂੰ ਗ੍ਰੀਨ ਸੂਚੀ 'ਚ ਕਰਤਾ ਅਤੇ ਇਸ ਕਰਕੇ ਪੰਜਾਬ ਵਾਸੀਆਂ ਲਈ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਸਿੱਧੀ ਫਲਾਈਟ ਉੱਥੋਂ ਸ਼ੁਰੂ ਹੋ ਗਈ ਹੈ ਦਰਸ਼ਕੋ ਇੱਕ ਜਿਹੜੀ ਤਣਾਅ ਦੇਖੋ ਇੱਕ ਹੁੰਦਾ ਐਕਸੀਡੈਂਟ ਜਿਹੜਾ ਹਿਮਾਚਲ 'ਚ ਹੋਇਆ ਉਹਦੀ ਆਪਾਂ ਗੱਲ ਕਰਦੇ ਹਾਂ ਇੱਕ ਤਣਾਅ ਆਸਾਮ ਅਤੇ ਮਿਜ਼ੋਰਮ 'ਚ ਸੀ ਠੰਡਾ ਪੈ ਗਿਆ ਸੀ ਉਹਨਾਂ ਦੇ 4-5 ਡਿਸਟ੍ਰਿਕਟ ਆਹਮਣੇ ਸਾਹਮਣੇ ਲੱਗਦੇ ਕੁਛ ਜ਼ਮੀਨ ਨੂੰ ਲੈ ਕੇ ਜ਼ਮੀਨ ਨੂੰ ਲੈ ਕੇ ਥੋੜ੍ਹਾ ਜਿਹਾ ਤਣਾਅ ਚੱਲ ਰਿਹਾ ਪਿਛਲੇ 24 ਘੰਟਿਆਂ 'ਚ ਕਾਫੀ ਪਥਰਾਵ ਹੋਇਆ ਫਿਰ ਪਰ ਸੋਚਣ ਵਾਲੀ ਗੱਲ ਹੈ ਕਿ ਹੋਮ ਮਿਨਿਸਟਰੀ ਕੀ ਕਰਦੀ ਹੈ ਦੋਨਾਂ ਸਟੇਟਾਂ ਦੀਆਂ ਗੌਰਮੈਂਟਾਂ ਕੀ ਕਰਦੀਆਂ ਇੰਨਾ ਭਾਰੀ ਪਥਰਾਵ ਹੋਇਆ ਕਿ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਸੀ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਦਰਸ਼ਕੋ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋਂ 210 ਕਿਲੋਮੀਟਰ ਦੂਰ ਕਿਨੌਰ ਦੇ ਵਿੱਚ ਲੈਂਡਸਲਾਈਡ ਹੋਈ ਹੈ ਕੁਛ ਟਾਈਮ ਪਹਿਲਾਂ ਹੁਣੀ ਕੁਛ ਘੰਟੇ ਪਹਿਲਾਂ ਅਤੇ ਇੱਕ ਬੱਸ ਚੰਗੀ ਤਰ੍ਹਾਂ ਦੱਬ ਗਈ ਹੈ ਦੋ ਬੰਦੇ ਤਾਂ ਸਵਰਗਵਾਸ ਹੋ ਗਏ ਬਾਕੀ 30 ਬੰਦਿਆਂ ਤੋਂ ਉੱਪਰ ਟਰੈਪ ਨੇ ਹਾਲੇ ਵੀ ਬੱਸ ਦੇ ਵਿੱਚ ਅਤੇ ਕਾਫੀ ਹੋਰ ਵੀ ਵਹੀਕਲ ਦੇ ਥੱਲੇ ਆਏ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਇੱਦਾਂ ਦੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ ਹੁਣ ਆਪਾਂ ਗੱਲ ਮੁੱਦੇ ਦੀ ਕਰਦੇ ਹਾਂ ਦਰਸ਼ਕੋ ਇਹ ਖਬਰਾਂ ਸੀ ਜਿਹੜੀਆਂ ਪਿਛਲੇ ਕੁਛ ਘੰਟਿਆਂ ਤੋਂ ਨਿਕਲ ਕੇ ਬਾਹਰ ਆਈਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਅੱਗੇ ਆਪਾਂ ਗੱਲ ਕਰ ਰਹੇ ਹਾਂ ਆਨਰ ਕਿਲਿੰਗ ਮੈਂ ਬੜੀ ਸਟੱਡੀ ਕੀਤੀ ਇਹਦੇ ਵਿੱਚ ਆਨਰ ਕਿਲਿੰਗ ਦੇ ਵਿੱਚ ਆਪਾਂ ਆਲਵੇਜ਼ ਗੱਲ ਕਰਦੇ ਹਾਂ ਕਿ ਸਾਡੀ ਜਿਹੜੀ ਬੱਚੀ ਹੈ ਆਪਾਂ ਉਹਨੂੰ ਪੜ੍ਹਾ ਵੀ ਦਈਏ ਉਸ ਤੋਂ ਬਾਅਦ ਉਹ ਸਾਡੀ ਹੀ ਜਾਤ ਦੇ ਵਿੱਚ ਵਿਆਹ ਕਰਾਵੇ ਸਾਡੇ ਹੀ ਧਰਮ ਦੇ ਵਿੱਚ ਵਿਆਹ ਕਰਾਵੇ ਸਾਡੇ ਹੀ ਦੇਸ਼ ਦੇ ਮੁੰਡੇ ਨਾਲ ਵਿਆਹ ਕਰਾਵੇ ਹੁਣ ਉਹ ਸੋਚ ਜਿਹੜੀ ਹੈ ਉਹ ਰੂਰਲ ਏਰੀਏ ਤੋਂ ਤਾਂ ਸੀਗੀ ਪਰ ਕਈ ਵਾਰ ਮੰਦਭਾਗੀਆਂ ਘਟਨਾਵਾਂ ਅਰਬਨ ਏਰੀਏ 'ਚ ਵੀ ਖਾਸ ਕਰਕੇ ਇੰਡੀਆ ਦੇ ਵਿੱਚ ਪਾਕਿਸਤਾਨ ਇਰਾਨ ਅਰਬ ਕੰਟਰੀ ਅਤੇ ਖਾਸ ਕਰਕੇ ਸਾਊਥ ਅਫਰੀਕਨ ਕੰਟਰੀ 'ਚ ਵੀ ਇਹ ਪ੍ਰੋਬਲਮ ਪਾਈ ਗਈ ਹੈ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜੀ ਮੈਂਟੈਲਿਟੀ ਹੈ ਇਹ ਜਿਹੜੀ ਸੋਚਣੀ ਹੈ ਥੋਟ ਪ੍ਰੋਸੈਸ ਹੈ ਕਿ ਜੇ ਕਿਸੇ ਬੱਚੀ ਨੇ ਆਪਦੀ ਕੋਈ ਮਰਜ਼ੀ ਕੀਤੀ ਹੈ ਤਾਂ ਪਰਿਵਾਰ ਲਈ ਡਿਸਆਨੈਸਟ ਹੈ ਉਹ ਪਰਿਵਾਰ ਲਈ ਸ਼ਰਮਿੰਦਗੀ ਲੈ ਕੇ ਆਈ ਹੈ ਪਰਮਾਤਮਾ ਨੇ ਜੀ ਬਣਾਇਆ ਜੇ ਕੋਈ ਬੱਚਾ ਕਿਸ ਤਰ੍ਹਾਂ ਖੁਸ਼ ਹੈ ਤਾਂ ਉਹਨੂੰ ਉੱਦਾਂ ਰਹਿ ਲੈਣਾ ਚਾਹੀਦਾ ਪਰ ਜੇ ਤੁਹਾਡੀ ਕੋਈ ਅੰਡਰਸਟੈਂਡਿੰਗ ਜਾਂ ਮਿਸਅੰਡਰਸਟੈਂਡਿੰਗ ਹੈ ਉਹਨੂੰ ਸੋਲਵ ਕਰ ਲੈਣਾ ਚਾਹੀਦਾ ਆ ਨਾ ਕਿ ਉਹ ਥੋੜ੍ਹਾ ਟਾਈਮ ਪੈ ਦੇਣਾ ਚਾਹੀਦਾ ਨਾ ਕਿ ਕਿਸੇ ਨੂੰ ਮਾਰ ਜਾਨੋ ਹੀ ਮਾਰ ਦੇਣਾ ਇਹਨੂੰ ਕਹਿੰਦੇ ਆਨਰ ਕਿਲਿੰਗ
खास करके आप आंकड़े देखिए तो आप पिछले साल देखिए टोटल सन 2008-2019 तो लैके सन 2020 के एंड तक टोटल 20,000 तो उपर वर्ल्डवाइड गल कर रहा मैं 20,000 तो उपर अनर किलिंग्स हुई हैं। दर्शको ये कई क्वेश्चन खड़े होंगे हैं कि जो मुंडा ये करे तो कोई गल नहीं, कुड़ी ए करे तो आप कर लाँगे। दुख इस गल का होया कि अपनिया कुड़िया अपन जिहड़ियां होर बच्चियां ने ओलंपिक्स जा रही मैडल जित रही हैं पर उन्हां पिंडां दे आले दुआले सोचनी फेर जिहड़ी थॉट प्रोसैस है उत्थे ही खड़ा है। इहदा की कारण है, इहदे पिछे की साइकोलॉजी है, इहनूं किद्दां सैट किया जा सकता है, इन्हां सारियां गल्लां ते झात मारन अपने नाल बने हुए ने मानयोग डॉक्टर हरशिंदर कौर जी पटियाले तों। पहलां उन्हां दा स्वागत करदे हां ते फिर उन्हां दी गल्लबात जारी रखदे हां। डॉक्टर साहब सत श्री अकाल, स्वागत जी ओपन प्लेटफॉर्म प्रोग्राम ते जस पंजाबी दे मंच ते। डॉक्टर साहब तुहाडी आवाज कट रही है ते एक मिनट मैं दर्शकों नूं दसदा कि असी कॉलर जिहड़े है करीब करीब 20 मिनटां तो बाद लवांगे। प्लीज़ माइंड ना करना क्योंकि डॉक्टर साहब नाल खुल के गलबात समझ लीए फिर आपां कॉलां दे आंसर जरूर लवांगे। जी डॉक्टर साहब दस ही चुके हो जी यूनाइटेड नेशन पॉपुलेशन फंड अनुसार ਸਾਰੇ ਦੁਨੀਆ ਵਿੱਚ ਤੱਕ ਕਤਲ ਕੀਤੀਆਂ ਜਾ ਚੁੱਕੀਆਂ ਸਰ ਕਿਲਿੰਗ ਦੇ ਦੀ ਆਦਿ ਇਹ ਕਿ ਔਰ ਜੋ ਨਾਮ ਰੱਬ ਦੇ ਚੱਲਦਾ ਕਦੇ ਸਿੱਖਾ ਉਹਨੂੰ ਆਪਣੀ ਮਰਜ਼ੀ ਨਾਲ ਸਕੂਲ ਤੱਕ ਨਹੀਂ ਜਾਣ ਦਿੱਤਾ ਜਾਂਦਾ। ਖਾਸ ਕਰਕੇ ਮੈਂ ਮੇਵਾੜ ਗੱਲ ਕਰ ਕਿਉਂਕਿ 60 ਕਿਲੋਮੀਟਰ ਮੇਨ ਰੋਡ ਦੇ ਉੱਤੋਂ ਹਰਿਆਣੇ ਦੇ ਵਿੱਚ ਹੈ ਇੱਥੇ ਵੀ ਇਸ ਵੇਲੇ ਇੱਕ छोटी जी ब्रेक ली दर्शको कनेक्टिविटी बैटर करने लई असीं लै रहे हैं छोटी जी ब्रेक इदां बने रहो जस पंजाबी ते। स्वागत जी तुहाडा सारिआं दा फेयर प्रोग्राम ओपन प्लेटफॉर्म जस पंजाबी दे मंच तों। दर्शको कनैक्टिविटी वीक सी इस करके सानू ब्रेक छेती लैनी पई। साडे नाल जुड़े हुए ने मानयोग हरशिंदर कौर जी। डॉक्टर साहब आपां इहदी साइकोलॉजी की है ऑनर किलिंग दी, उदों पहलां जिहड़ा किन्नौर दे विच हादसा वापरिया परमात्मा करे जिहड़े बाकी दे बंदे आ उह ठीक ठाक बाहर आ जाण, की कहना चाहोगे इत्थे? ਅਰਦਾਸ ਕਰ ਸਕਦੇ ਹਾਂ ਤੇ ਉਹਨਾਂ ਦੇ ਟੱਬਰਾਂ ਦੇ ਨਾਲ ਆ ਸਮਝ ਸਕਦੇ ਹਾਂ ਇਹੋ ਜਿਹਾ ਮਾਹੌਲ ਕਿੰਨਾ ਔਖਾ ਹੁੰਦਾ। ਮੈਂ ਤੇ ਬਤੌਰ ਇੱਕ ਕੋਰੋਨਾ ਵਾਰੀਅਰ ਹੁੰਦਿਆਂ ਹੋਇਆਂ ਜਿਸ ਤਰ੍ਹਾਂ ਦੀ ਮਨ ਵਿੱਚ ਧੁੱਖ ਧੁੱਕੀ ਹੁੰਦੀ ਹੈ, ਪੀੜ ਹੁੰਦੀ ਹੈ ਜੋ ਆਪਣਿਆਂ ਦੀ, ਉਹ ਮੈਂ ਚੰਗੀ ਤਰ੍ਹਾਂ ਮਹਿਸੂਸ ਕੀਤੀ ਹੋਈ ਹੈ। ਸੋ ਮੈਂ ਇਹੋ ਜਿਹੇ ਹਾਦਸੇ ਵਿੱਚ ਜਿੱਥੇ ਕਿਸੇ ਦਾ ਵੱਸ ਨਹੀਂ, ਅਸੀਂ ਮੇਰਾ ਖਿਆਲ ਹੈ ਜਸ ਪੰਜਾਬੀ ਦੇ ਅਦਾਰੇ ਨਾਲ ਹੀ ਜੁੜ ਕੇ ਸਾਰਿਆਂ ਦੇ ਨਾਲ ਆ ਉਹਨਾਂ ਦੇ ਇਸ ਲਈ ਅਰਦਾਸਾਂ ਵਿੱਚ ਸ਼ਾਮਲ ਆ ਕਿ ਉਹਨਾਂ ਦੇ ਜਿੰਨੇ ਚਾਹੀਆਂ ਜਾ ਸਕਣ बाहर आ गए। जे अपने रूरल एरिए जाओ तो कई बार पता नहीं लगता कई गल्लां दा। अगेन मैनूं इह दस्सो कि आपां अगे वध रहे हैं, दुनिया चा एक पैर चंद ते रख रहा है, ठीक है, पर हले आ चीज़ा ये घटना वापरनियाँ। आप भ्रूण हत्या से भी सैशन लावे पर आ जी बहुत मंदभागी चीज़ है जिते आप गल कर रहे हैं, ये पिछले साइकोलॉजी क्यों नहीं इंप्रूव हो रही जी पुरानी सी, हूँ की साइकोलॉजी ये उत्ते? दरअसल असीं मन नूं समृद्धि नूं जे ध्यान नाल देखिए जिहदे विच जे मैं डिटेल से लगी बोलण ते उह हैरानती नहीं होना कि किस तरीके औरत नूं जलील कीता गया कह के कि जे उहदा पति मर जाए ते औरत तां इक तरीके वरतन वाली शह बन जाती है, जे जिस जे औरत मर जाए तो पति नूं इकदम नाल दी नाल दूजा विआह कर लेना चाहीदा, ते जे औरत विआह के लिआए हो इन्नी क मार कुटाई उहदे नाल करो कि उहनूं इह चेते ही ना रहे कि मैं किस वास्ते जम्मी आ, उहदा काम सिर्फ सेवा करना ते सिर्फ उत्थे तक ही सीमित हो जाना। यानी इह असीं औरत दी होंद रखी ते उहदी गुत्त पिछे ते जो कुछ भी
ਬੰਦਾ ਬੋਲ ਸਕਦੇ ਆ ਸਭ ਕੁਝ ਯਾਨੀ ਅਸੀਂ ਤਾੜਨ ਕੇ ਅਧਿਕਾਰੀ ਦੇ ਵਿੱਚ ਤੁਸੀਂ ਦੇਖ ਲਓ ਕਿਸ ਕਿਸ ਦਿਨ ਤੇ ਗਏ ਨੇ ਸੋ ਇਹ ਮੈਂ ਉਹਦੇ ਵਿੱਚ ਡਿਟੇਲ ਨਹੀਂ ਜਾਣਾ ਚਾਹੁੰਦੀ ਨੇਵਾੜ ਦੇ ਹੈ 60 ਕਿਲੋਮੀਟਰ ਦੂਰ ਜੇ ਕੋਈ ਪੰਜਾਬ ਜਾਂਦਾ ਹਰਿਆਣੇ ਵਿੱਚੋਂ ਦੀ ਲੰਘਦਾ ਹਾਈਵੇ ਤੋਂ ਲੰਘ ਜਾਂਦਾ कारण ये जो ने जागदार कीतियां चीजां उमर भर की गल कर रही लाइफ लोंग कोई भी लेडी बच्चा के बजुर्ग है के कोई भी हो वे, वो लेडी कदे भी कुर्सी ते बैठ नहीं सकती मुंडे दा व्याह हो जाए तो उस बाद मंजे ते बैठन योग सिर्फ बनती है कुर्सी ते बैठन दा हक नहीं तो पत्रकार ने लिखा के एक ओदे सामने जिस घर चो बैठा सी उत्थे एक 8 साल दी कुड़ी सी जिसने वो अपने पिता जिथे ओदे बैठे सन कुर्सी ते ओदे नाल ढोल आके खड़ी हो गई सहारा लैके उसके मेरे अखां सामने ओदे भरा ने ओनू ओदों तक कुटिया जद तक लहू लुहान होके पिट तों नहीं ओदे लहू वगण लग गया कि तू ढोल ला किवें लिया यानी ए हाल सी उस पत्रकार दी अखां राही देखिया मैं मौजूदा हालात दस रही हां सन 2021 दे कि ए हाल चल रहा जे अज दे दिन वी जिथे ऑनर किलिंग नू जे कोई नकारना चाहुंदा है ते ओनू जवाब देना पएगा कि उस बच्ची नू स्कूल देखो उत्थे अजे भी कोई 5 साल 5वीं तो बाद कोई बच्ची स्कूल नहीं जांदी अज भी हर औरत नू हुक्म है कि ओने ए किते जान खेतां च काम करना ही करना है ते जे बच्चा भी जम चुकी है तां ओनू 6 घंटे दा सिर्फ आराम दित्ता जांदा है फिर ओने उस काम ते पहुंच जाना हुंदा है खेतां विच मैं दर्शकां नाल सांझा कर लां कि आपां हरियाणे दी गल कर रहे हां कुछ एरिया जिहड़ा कि देश दी राजधानी दिल्ली तो कुछ किलोमीटर दूर है एम आई करेक्ट डॉक्टर जी जी ते मैं उस तो बात कहना चाहनी हां विश्व पत्री कुछ अंकड़े क्योंकि मैं खप पंचायतां दे विच जिस तरीके दे तुहानू पहुंचदियां ने वीडियोस खबरां ओदे विच स्पष्ट है कि ना तां ओ पा सकदियां ने जीना ना फोन रख सकदियां ने ना नूडल्स खा सकदियां ने यानी बेतुके इल्जाम लाए जांदे ने ਤੇ ਜਿਸ ਹਿਸਾਬ ਦੀ ਆਨਰ ਕਿਲਿੰਗ ਹੈ ਸਿਰਫ ਫਿਗਰਸ ਸੁਣਿਓ ਇੰਟਰਨੈਸ਼ਨਲ ਤਾਂ ਵੱਖਰੇ ਨੇ ਮੈਂ ਭਾਰਤ ਦੇ ਅੰਕੜੇ ਦੱਸਣਾ ਚਾਹੁੰਦੀ ਹਾਂ ਜਿਸ ਤੇ ਲਿਖਿਆ ਹੈ ਕਿ ਇਹ ਜਿਹੜੇ ਕੇਸ ਨੇ ਇਹਨਾਂ ਵਿੱਚ 59% ਕੇਸਿਸ ਦੇ ਵਿੱਚ ਮੁੰਡੇ ਵੀ ਕਤਲ ਕੀਤੇ ਜਾ ਰਹੇ ਨੇ ਇੱਕ ਕਲੀਅਰ ਫਿਗਰ ਜੋ ਆ ਚੁੱਕੇ ਨੇ ਮੈਂ ਉਹੀ ਦੱਸਦੀ ਹਾਂ ਜੋ ਐਕਚੁਅਲੀ ਨੈਸ਼ਨਲ ਫਿਗਰ ਭਾਰਤ ਦੇ ਨੇ ਜੀ ਕਿ 50% ਕੇਸਿਸ ਵਿੱਚ ਮੁੰਡੇ ਵੀ ਕਤਲ ਕੀਤੇ ਜਾ ਰਹੇ ਨੇ कुड़ी दे रिश्तेदारां वल्लों जिहड़े मुंडिआं दी जिहड़े मारे गए ने ओह गिणती 12% है अगर जिहड़ियां बच्चियां कतल हो रहीआं ने उमर 15 to 25 साल है पर जात आधारित जिहड़े कतल हो रहे ने ओहदे 30 to 35 साल दीआं ने हुण इहनां मरन वालिआं विच मारन जो मारन वाले ने कातल जो रिकॉर्ड ऑन रैकॉर्ड जो हैगा मैं सिर्फ ओही दसण लगी हां कि मारन वाले 4% ਨੇ ਜਿਨ੍ਹਾਂ ਵਿੱਚ ਕੁੜੀ ਦਾ ਪਿਤਾ ਹੀ ਸੀ ਮਾਰਨ ਵਾਲਾ ਦੋਨਾਂ ਨੂੰ ਮੈਂ ਦਰਸ਼ਕਾਂ ਨੂੰ ਕਲੀਅਰ ਕਰਦਾ ਡਾਕਟਰ ਸਾਹਿਬ ਇਹ ਕਹਿ ਰਹੇ ਹਨ ਕਿ ਜਿੱਥੇ ਆਨਰ ਕਿਲਿੰਗ ਦਾ ਮਸਲਾ ਆਉਂਦਾ ਹੈ 54 ਯਾਨੀ ਕਿ 54% ਕੇਸ ਐਦਾਂ ਦਾ ਹੈ ਜਿੱਥੇ ਮਾਰਨ ਵਾਲਾ ਕੁੜੀ ਦਾ ਬਾਪ ਹੀ ਸੀ ਜੀ ਡਾਕਟਰ ਸਾਹਿਬ ਮੈਂ 64% ਕਹਿ ਰਹੀ ਹਾਂ ਹਾਂਜੀ 64% ਆਮ ਸੌਰੀ ਮੈਨੂੰ ਸੁਣਿਆ 64% ਜੀ ਜੀ ਕੁੜੀ ਦਾ ਜਿਹੜਾ ਇਕੱਲਾ ਉਹਨਾਂ ਨੂੰ ਮਾਰ ਰਿਹਾ ਸੀ ਫਿਰ ਇਹ ਜੋ ਰਿਪੋਰਟ ਹੋਏ ਕੇਸ ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ 36% ਵਿੱਚ ਉਹਦਾ ਸਕਾ ਭਰਾ ਸੀ 12% ਖਿਆਲ ਕਰਿਓ ਬਹੁਤ ਇੰਪੋਰਟੈਂਟ ਹੈ 12% ਉਹਦੀ ਆਪਣੀ ਮਾਂ ਦੀ ਸਕੀ ਓਹੋ 28% ਚਾਚਾ ਸੀ ਤੇ ਇੰਨੇ ਹੀ ਲਗਭਗ ਯਾਨੀ ਚਾਚੇ ਤੇ ਮਾਮੇ ਉਬਲੀਕ ਕਰਕੇ ਲਿਖੇ ਹੋਏ ਨੇ ਪੁਲਿਸ ਰਿਕਾਰਡ ਦੇ ਵਿੱਚ ਤੇ 8% ਨੇ ਜੋ ਜ਼ਾਤ ਬਰਾਦਰੀ ਵਾਲੇ ਨਾਲ ਰਲੇ ਸੀ ਪਿੰਡਾਂ ਦੇ ਵਿੱਚੋਂ ਉਹ ਸ਼ਾਮਲ ਸਨ ਦੇਖੋ ਡਾਕਟਰ ਸਾਹਿਬ ਇੱਥੇ ਇੱਕ ਗੱਲ ਬੜੀ ਕਲੀਅਰ ਹੁੰਦੀ ਹੈ ਜੇ ਮਾਂ-ਬਾਪ ਦੀ ਮਰਜ਼ੀ ਨਾ ਹੋਵੇ ਮਾਂ-ਬਾਪ ਦੀ ਮਰਜ਼ੀ ਨਾ ਹੋਵੇ ਕੋਈ ਚਾਚਾ ਤਾਇਆ ਜਾਂ ਕੋਈ ਜਾਤ ਬਰਾਦਰੀ ਵਾਲਾ ਇਹ ਕੰਮ ਨਹੀਂ ਕਰ ਸਕਦਾ ਹੁਣ ਤੁਸੀਂ ਏਡੀ ਵੱਡੀ ਫਿਗਰ ਦਿੱਤੀ ਕਿ 64% ਉਹ ਕੁੜੀਆਂ ਨੂੰ ਮਾਰਨ ਵਾਲੇ ਡੈਡ ਸੀ ਤੇ ਉਸ ਤੋਂ ਬਾਅਦ 12% ਮਾਵਾਂ ਸੀ ਇੱਥੇ ਤੁਹਾਨੂੰ ਸਾਈਕੋਲੋਜੀ ਕਲੀਅਰ ਹੁੰਦੀ ਜੀ ਅੱਗੇ
एक लास्ट फिगर बहुत इंपॉर्टेंट जो है 16%, क्योंकि ये उसे आज दी जे सियासत भी देखांगे उसे भी चाह जान दिया 16% ने जेड़े पहाड़े दे कातल फड़े जानते ने जो गैंगस्टर कहा है जा रहे ने जरा ध्यान कर लियो इना गैंगस्टर नु काम की दिता जानता है सिर्फ एक माफिया नहीं बल्कि 16% ऑफ दी केसेस जो रिकॉर्ड हुए ने अनरिकॉर्डेड तुहानू भी पता है कि और कहंदे ने इनू घटो घट 7 नाल ज़रब कर लियो इनटू 7 करके अनरिकॉर्डेड इनू 7 नाम 7 नाल गुणा कर लियो जी जी सो ए जेड़ा हैगा 16% केसेस जिना च बरते जा रहे ने गैंगस्टर तो उहनां नू इत्थों ही पैसे मिलदे ने कि किवें इन्हां ने कतल करने ने तो बेरहम कतल हो जांदे ने और जदों इन्हां दोनों नू मारदे ने ते किस भयानक तरीके मारे जांदे ने लाशां पुट्टियां टंग दित्तियां जांदियां या उन्हां दे अंग वढ दित्ते जांदे ने या चौराहे विच रख के तमाशा बनाया जांदा ए सानू खबरां पहुंच चुकियां होईयां ने कि इस तरीके दे ए कतल कीते जांदे ने हुण ए सारी रूह दी सोच दे अनुसार जिस तरीके ए कुड़ियां ते बंदिशां लाईयां जा रहीयां ते पढ़न जाणा नहीं ਅਸੀਂ ਦੱਸਿਆ ਸੀ ਕਿ ਉਹ ਹਾਲਤ ਇਹ ਹੈ ਕਿ ਉਹ ਹਰ ਸਾਲ ਬੱਚੇ ਜੰਮ ਜੰਮ ਕੇ ਉੱਥੇ ਮੇਵਾੜ ਵਿੱਚ ਤਾਂ ਉਹ ਔਰਤਾਂ 7 ਜਾਂ 8 ਬੱਚੇ ਕਈ ਵਾਰ 11 ਬੱਚੇ ਜੰਮ ਕੇ ਤੇ ਉਹ ਕੋਈ ਵੀ ਇੱਕ ਵੀ ਔਰਤ ਪਿੰਡ 'ਚ ਨਹੀਂ ਜਿਹੜੀ 50 ਵਰੇ ਪੂਰੀ ਕਰ ਚੁੱਕੀ ਹੋਵੇ ਖਬਰ ਦੱਸਦੀ ਯਾਨੀ ਇੰਨੀ ਉੱਥੇ ਹਾਲ ਇਹ ਮਾੜਾ ਹੋ ਚੁੱਕਿਆ ਹੋਇਆ ਤੇ ਉਸੇ ਤਰ੍ਹਾਂ ਪੰਜਾਬ ਅੰਦਰ ਝਾਤ ਮਾਰੀਏ ਤੁਹਾਨੂੰ ਸ਼ਾਇਦ ਯਕੀਨ ਹੀ ਨਾ ਆਵੇ ਕਿ ਜੋ ਕੇਸਿਸ ਨੇ ਸਾਡੇ ਕੋਲ ਕੇਸ ਆਇਆ ਸੀ ਇੱਕ ਜਿੱਥੇ ਇੱਕ 14 ਸਾਲ ਦੀ ਬੱਚੀ ਪੋਸਟਮਾਰਟਮ ਦੇ ਵਿੱਚ ਇਹ ਕਿਹਾ ਗਿਆ ਸੀ ਵੀ ਸਟੋਵ ਨਾਲ ਅੱਗ ਫਟ ਗਈ ਹੈ ਜਦੋਂ ਅੱਗ ਲੱਗੀ ਤੇ ਫਟ ਗਿਆ ਉਹ ਜਦੋਂ ਸਟੋਵ ਉਦੋਂ ਹੀ ਇਹਦੀ ਮੌਤ ਹੋਈ ਹੈ ਜਦੋਂ ਪੋਸਟਮਾਰਟਮ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਉਹਦੇ ਪੁੱਖ ਵਿੱਚ 4 ਮਹੀਨਿਆਂ ਦਾ ਭਰੂਣ ਸੀ ਕਿ ਅੰਦਾਜ਼ਾ ਲਾ ਸਕਦੇ ਵਾਪਰਿਆ ਹੋਏਗਾ ਤੇ ਜਦੋਂ ਗੱਲ ਕੀਤੀ ਜੀ 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 ਤਿਆਰ ਨਹੀਂ ਸੀ ਪਰ ਬਹੁਤ ਰੋਣ ਪਿੱਟਣ ਬਾਅਦ ਬਸ ਇੰਨਾ ਕੁ ਦੱਸ ਸਕੀ ਕਿ ਇਹ ਪਿਤਾ ਵੱਲੋਂ ਕੀਤਾ ਕਾਰਾ ਸੀ ਤੇ ਅਸੀਂ ਇਹ ਗੱਲ ਪਾਰ ਕੱਢ ਹੀ ਨਹੀਂ ਸਕਦੇ ਯਾਨੀ ਜੇ ਕੰਮ ਕਰਨ ਵਾਲਾ ਵੀ ਪਿਤਾ ਹੋਵੇ ਤਾਂ ਵੀ ਧੀ ਹੀ ਮਾਰੀ ਜਾਏਗੀ ਤੇ ਜੇ ਬਾਹਰੋਂ ਮਰਜ਼ੀ ਨਾਲ ਵਿਆਹ ਕਰਨਾ ਚਾਹੇ ਤਾਂ ਵੀ ਧੀ ਮਾਰੀ ਜਾਏਗੀ ਤੇ ਜੇ ਕੋਈ ਜੰਗ ਜਾਂ ਕੋਈ ਹੋਰ ਸਮਾਂ ਹੋਵੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਤਾਂ ਮਤਲਬ ਹੈ ਕਿ ਜੇ ਹੱਲਾ ਹੋਣ ਦਾ ਖਤਰਾ ਹੈ ਤਾਂ ਵੀ ਧੀ ਨੂੰ ਹੀ ਮਾਰ ਵੱਢ ਦਿੱਤਾ ਜਾਂਦਾ ਹੈ ਕਿ ਸਾਡੀ ਇੱਜ਼ਤ ਸਾਰੀ ਦੀ ਸਾਰੀ ਉੱਥੇ ਹੈ ਹੁਣ ਇਹਨਾਂ ਘਰਾਂ ਦਾ ਬੜਾ ਕਮਾਲ ਦਾ ਸਾਹਮਣੇ ਆਇਆ ਸੀ ਜੋ ਤੁਸੀਂ ਮੈਂਟੈਲਿਟੀ ਪੁੱਛਦੇ ਹੋ ਉਹ ਫਿਗਰ ਇਹ ਸੀ ਕਿ ਜਿੰਨੇ ਘਰਾਂ ਵਿੱਚ ਇਹ ਚੀਜ਼ਾਂ ਵਾਪਰੀਆਂ ਉਹਨਾਂ ਘਰਾਂ ਦਾ ਜਦੋਂ ਸਰਵੇਖਣ ਕੀਤਾ ਗਿਆ ਉਹ ਸਰਵੇਲੈਂਸ ਅਨੁਸਾਰ ਪਤਾ ਲੱਗਿਆ ਇਹਨਾਂ ਘਰਾਂ ਵਿੱਚ ਪੁੱਤਰ ਸੀ ਉਹਨਾਂ ਨੂੰ ਬਹੁਤ ਵਾਧੂ ਫੁੱਲ ਦਿੱਤੀ ਗਈ ਮਤਲਬ ਸਮਝਣ ਦੀ ਇਹ ਹੈ ਜੀ 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 ਮੇਰਾ ਅੱਗੇ ਕੁਐਸਚਨ ਹੈਗਾ ਜੀ 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 ਸ਼ਾਬਾਸ਼ ਸ਼ੇਰਾ ਚੰਗੀ ਕਰ ਲੈ ਇੱਕ ਨਹੀਂ ਦੋ ਨਹੀਂ ਬਣਾ ਆਪਣੀਆਂ ਸਹੇਲੀਆਂ ਤੇ ਪਰ ਵਿਆਹ ਜਦੋਂ ਕਰਨਾ ਸਾਡੀ ਅਨੁਸਾਰ ਕਰੀ ਯਾਨੀ ਇਹ ਉਸੇ ਟੱਬਰ ਦੀ ਗੱਲ ਦੱਸਦੀ ਹੈ ਜਿਨ੍ਹਾਂ ਨੇ ਧੀ ਮਾਰੀ ਕਿ ਤੂੰ ਆਪਣੀ ਚੋਇਸ ਕਿਉਂ ਕਰਨਾ ਚਾਹੁੰਦੀ ਹੈ ਤੇ ਦੂਜੇ ਪਾਸੇ ਪੁੱਤਰ ਨੂੰ ਹੱਲਾ ਸ਼ੇਰੀ ਦੇ ਰਹੇ ਨੇ ਕਿ ਤੂੰ ਇੱਕ ਨਹੀਂ ਦੋ ਨਹੀਂ 4 ਦੇ ਨਾਲ ਘੁੰਮ ਉਹਦੇ ਨਾਲ ਸਾਡੀ ਇੱਜ਼ਤ ਵੱਧਦੀ ਜ਼ਰਾ ਅੰਦਾਜ਼ਾ ਅਸੀਂ ਬੋਗਲਾਪਨ ਧੀਆਂ ਦੇ ਪ੍ਰਤੀ ਲਿਆ ਰਹੇ ਹਾਂ ਸਮਾਜ ਵਿੱਚ ਜਿੱਥੇ ਮਰਦ ਪ੍ਰਧਾਨ ਸਮਾਜ ਕਹਿੰਦਿਆਂ ਹੋਇਆ ਜਿਸ ਤਰੀਕੇ ਦਾ ਸਤੀ ਪ੍ਰਥਾ ਖਤਮ ਜੇ ਹੋਈ ਸੀ ਤਾਂ ਉਦੋਂ ਵੀ ਇੱਕ ਬੁਲੰਦ ਸਾਡੀ ਸ਼ਖਸੀਅਤ ਯਾਨੀ ਮਰਦ ਪ੍ਰਧਾਨ ਸਮਾਜ ਵਿੱਚੋਂ ਹੀ ਆਵਾਜ਼ ਉੱਠੀ ਸੀ ਕਿ ਬੰਦ ਹੋਣੀ ਚਾਹੀਦੀ ਹੈ ਉਸੇ ਤਰ੍ਹਾਂ ਜਦੋਂ ਇਹ ਅਸੀਂ ਦੇਖਦੇ ਹਾਂ ਜਿਨ੍ਹਾਂ ਦੇ ਜਿਹੜਾ ਕੰਟਰੀ ਤੋਂ ਜਿੱਥੋਂ ਜਿੱਥੋਂ ਦੇ ਕੇਸ ਰਿਪੋਰਟ ਹੋਏ ਨੇ ਅਫਗਾਨਿਸਤਾਨ ਇਰਾਨ ਤੁਰਕੀ ਇਰਾਕ ਸਾਊਦੀ ਅਰਬ ਇਜਿਪਟ ਫਲਸਤੀਨ ਜਾਰਡਨ ਬੰਗਲਾਦੇਸ਼ ਅਲਜੀਰੀਆ ਬ੍ਰਾਜ਼ੀਲ ਇਕੁਐਡਰ ਮੋਰੋਕੋ ਇਜ਼ਰਾਈਲ ਇਥੀਓਪੀਆ ਯੁਗਾਂਡਾ ਪਾਕਿਸਤਾਨ ਬਲਕਨ ਸਵੀਡਨ ਹਾਲੈਂਡ ਜਰਮਨੀ ਇਟਲੀ ਯਮਨ ਇਸ ਤੋਂ ਇਲਾਵਾ ਵੀ ਹੈਗੇ 12 ਹੋਰ ਯਾਨੀ ਇੰਨੀਆਂ ਜ਼ਿਆਦਾ ਮੁਲਕਾਂ ਚੋਂ ਰਿਪੋਰਟ ਹੋ ਚੁੱਕੇ ਨੇ ਕੇਸ ਜਿੱਥੇ ਇਹ ਉਹਨਾਂ ਥਾਵਾਂ ਦੇ ਜੋ ਮੱਧ ਵਰਗੀ ਟੱਬਰ ਸੀ ਉਹਨਾਂ ਦੀ ਰੂੜੀਵਾਦੀ ਸੋਚ ਭਾਵੇਂ ਉਹਨਾਂ ਵਿਕਸਿਤ ਮੁਲਕਾਂ ਚ ਸੋ ਕਾਲਡ ਬੈਠੇ ਨੇ ਪਰ ਉੱਥੇ ਵੀ ਕਤਲ ਜਾਰੀ ਨੇ ਇਹ ਫਿਗਰਸ ਯੂਨਾਈਟਿਡ ਨੇਸ਼ਨਸ ਦੇ ਨੇ ਸੋ ਮੈਂ ਤਾਂ ਤੁਹਾਡੇ ਸਪਸ਼ਟ ਕੀਤਾ ਕਿਤੇ ਇਹ ਨਾ ਖਿਆਲ ਚ ਰਹਿ ਜਾਏ ਕਿ ਸਿਰਫ ਭਾਰਤ ਜਾਂ ਪਾਕਿਸਤਾਨ ਵਿੱਚ ਹੋ ਰਹੇ ਨੇ
जी जी मैं अगे फिगर कढ़े सी साउथ अफ्रीकन कंट्री च भी प्रॉब्लम है अरब कंट्री च भी पर मैं आ फिगर नहीं कट सकिया जो कढ़ा स्वीडन यूरोप कंट्रियां दे विच डॉक्टर साहब गल उत्थे आ जांदी मैं तुहानूं ब्रेक तो बाद जरूर पुछूंगा कि आपां बाकी कंट्रियां नूं छड़ दिए है तो इंसानियत की गल आपां नूं सारयां दी करनी पैणी है एक देश जिहदी प्रधानमंत्री भी एक औरत रह चुकी है एक देश जिहदी राष्ट्रपति भी एक औरत रह चुकी है एक देश जिहदी लोकसभा की स्पीकर भी एक औरत रह चुकी है एक देश जिते ओपोजिशन पार्टी की लीडर भी एक औरत रह चुकी है मेरे ख्याल नहीं उदू पिछे कुछ होर चीज़ रह जाती उस तो बाद भी समाज उस देश के दे समाज के इन्ना नगार आना कारण रहे होंगे आप डिस्कस जरूर करांगे आप रुकना पै रहा एक छोटी जी ब्रेक ज दर्शकों साडे नाल जुड़े हुए ने माननीय हरशिंदर कौर जी आप रुकना पै रहा एक छोटी जी ब्रेक इदा ही बने रहो जस पंजाबी ते स्वागत जी ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕ ਆਪਣਾ ਬਣੇ ਹੋਏ ਨੇ ਮਾਨਯੋਗ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲੇ ਤੋਂ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਕਿ ਏਡੇ ਏਡੇ ਵੱਡੇ ਅਹੁਦਿਆਂ ਤੇ ਆਪਣੇ ਦੇਸ਼ ਦੇ ਵਿੱਚ ਔਰਤਾਂ ਰਹਿ ਚੁੱਕੀਆਂ ਨੇ ਉਸ ਤੋਂ ਬਾਅਦ ਵੀ ਜਿਹੜਾ ਸਮਾਜ ਮੈਂ ਅਗੇਨ ਦਰਸ਼ਕ ਨਾਲ ਕਲੀਅਰ ਕਰਦਾ ਸਾਡਾ ਕੋਈ ਮਤਲਬ ਨਹੀਂ ਕਿਸੇ ਦੇਸ਼ ਨੂੰ ਬਦਨਾਮ ਕਰਨ ਦਾ ਕਿਸੇ ਦੇਸ਼ ਦੇ ਪ੍ਰਦੇਸ਼ ਨੂੰ ਆਪਾਂ ਸਿਰਫ ਗੱਲ ਕਰ ਰਹੇ ਸਮਾਜ ਚ ਆਏ ਨਿਗਾਰ ਦੀ ਉਸ ਤੋਂ ਬਾਅਦ ਆਪਾਂ ਮੈਂ ਜਿਹੜੀ ਗੱਲ ਕਰ ਰਿਹਾ ਸੀ ਡਾਕਟਰ ਸਾਹਿਬ ਕਿ ਏਡੇ ਏਡੇ ਵੱਡੇ ਅਹੁਦਿਆਂ ਤੇ ਔਰਤਾਂ ਰਹਿ ਚੁੱਕੀਆਂ ਉਸ ਤੋਂ ਬਾਅਦ ਵੀ ਥਰਾਟ ਪ੍ਰੋਸੈਸ ਜਿਹੜਾ ਇੰਪਰੂਵ ਨਹੀਂ ਹੋਇਆ ਔਰ ਉਸ ਤੋਂ ਵੀ ਵੱਡਾ ਕੁਐਸਚਨ ਡਾਕਟਰ ਸਾਹਿਬ ਮੇਰਾ ਇਹ ਹੈ ਕਿ ਜਿਹੜਾ ਤੁਸੀਂ ਫਿਗਰ ਦੱਸੀ 12% ਮਾਵਾਂ ਨੇ ਕਤਲ ਕਰ ਦਿੱਤੀਆਂ ਜਵਾਨ ਕੁੜੀਆਂ ਆਹ ਦੋ ਕੁਐਸਚਨ ਬਹੁਤ ਵੱਡੇ ਖੜੇ ਹੋ ਜਾਂਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿੰਨੀਆਂ ਵੀ ਤੁਸੀਂ ਔਰਤਾਂ ਦਾ ਜ਼ਿਕਰ ਕੀਤਾ ਉਹ ਸਾਰੀਆਂ ਔਰਤਾਂ ਦਾ ਸਿਰਫ ਆਲਾ ਦੁਆਲਾ ਹੀ ਚੱਕ ਲੈਣਾ ਕਿ ਉਹਨਾਂ ਨੇ ਆਪਣੀ ਹੀ ਜ਼ਾਤ ਵਾਲੀਆਂ ਲਈ ਕੀ ਕੁਝ ਕੀਤਾ ਬੜੀ ਸਪੈਸੀਫਿਕ ਹੈ ਕਿ ਉਹ ਟਿਊਬ ਵਿਜ਼ਨ ਤੇ ਪਹੁੰਚ ਗਈਆਂ ਜਦੋਂ ਉਸ ਪੱਧਰ ਤੇ ਔਰਤਾਂ ਅਹੁਦਿਆਂ ਤੇ ਪਹੁੰਚੀਆਂ ਤਾਂ ਕਿਸੇ ਦੀ ਰਹਿਮ ਦੇ ਉੱਤੇ ਪਹੁੰਚੀਆਂ ਸਨ ਹਾਲਾਂਕਿ ਇਹਨਾਂ ਚੋਂ ਕੁਝ ਭਾਵੇਂ ਦਮਦਾਰ ਗਿਣੀਆਂ ਗਈਆਂ ਪਰ ਜਿਸ ਦੇ ਰਹਿਮੋ ਕਰਮ ਤੇ ਪਹੁੰਚੀਆਂ ਸਨ ਉਹਨਾਂ ਵੱਲੋਂ ਜੋ ਹਦਾਇਤਾਂ ਸਨ ਉਸੇ ਤਰ੍ਹਾਂ ਪਾਲਣ ਕੀਤੀਆਂ ਗਈਆਂ ਤੇ ਕਿਸੇ ਵੀ ਹਾਲ ਵਿੱਚ ਔਰਤਾਂ ਦੇ ਲਈ ਕੁਝ ਵੀ ਚੰਗਾ ਉਹ ਨਹੀਂ ਕਰ ਸਕੀਆਂ ਤੁਹਾਡੇ ਸਾਹਮਣੇ ਹੈ ਸਾਈਕੋਲੋਜੀ ਵੀ ਇਹੋ ਕਹਿੰਦੀ ਹੈ ਕਿ ਜਦ ਔਰਤ ਕੋਈ ਕਿਸੇ ਮਰਦ ਦੇ ਰਹਿਮੋ ਕਰਮ ਤੇ ਪੋਜੀਸ਼ਨ ਹਾਸਲ ਕਰਦੀ ਹੈ ਤਾਂ ਉਦੋਂ ਉਹ ਕੁਝ ਦੱਬ ਕੇ ਰਹਿ ਜਾਂਦੀ ਹੈ ਤੇ ਮਰਦ ਵਾਂਗ ਹੀ ਬਿਹੇਵ ਕਰਨ ਲੱਗ ਜਾਂਦੀ ਹੈ ਸਾਈਕੋਲੋਜੀ ਹੈ ਤੁਸੀਂ ਪੜ੍ਹ ਲਿਓ ਉਹਦੇ ਵਿੱਚ ਤੁਹਾਨੂੰ ਲੱਭ ਜਾਏਗਾ ਐਗਜੈਕਟਲੀ ਇਹੋ ਕਿ ਉਹਨਾਂ ਨੇ ਅਹੁਦੇ ਮਾਣੇ ਪਦਵੀਆਂ ਰੱਖੀਆਂ ਪਰ ਉਹ ਮੀਡੀਆ ਤੱਕ ਸਿਰਫ ਆਪਣੇ ਬਿਆਨ ਦੇਣ ਤੱਕ ਹੀ ਉੱਥੇ ਸੀਮਤ ਹੋ ਗਈਆਂ ਔਰਤਾਂ ਪ੍ਰਤੀ ਕੁਝ ਵੀ ਠੋਸ ਕਦਮ ਚੁੱਕ ਨਹੀਂ ਸਕੀਆਂ ਕਿਉਂਕਿ ਉਹ ਅਧੀਨਗੀ ਤੇ ਅਜੇ ਵੀ ਜੀ ਰਹੀਆਂ ਸਨ ਜੀ ਜੀ ਦੂਜੀ ਗੱਲ ਮਾਵਾਂ ਦੇਖੋ ਜਿਹੜੀਆਂ 12% ਮਾਵਾਂ ਦੇ ਜੋ ਇੰਟਰਵਿਊਜ਼ ਕੁਝ ਲੈ ਗਏ ਉਹਨਾਂ ਚੋਂ ਕੁਝ ਸੀ ਜਿਹੜੀਆਂ ਦਾਤਰੀਆਂ ਤੇ ਕੁਹਾੜੀਆਂ ਨਾਲ ਜਿਨ੍ਹਾਂ ਨੇ ਵੱਢਿਆ ਸੀ ਆਪਣੀਆਂ ਧੀਆਂ ਨੂੰ ਜੀ ਹੁਣ ਉਹ ਸਨ ਜਿਨ੍ਹਾਂ ਨੇ ਧੋਖੇ ਨਾਲ ਧੀ ਨੂੰ ਘਰ ਬੁਲਾਇਆ ਕਿ ਹਜਾ ਮੈਂ ਤੇਰੇ ਨਾਲ ਹਾਂ ਤੇ ਮੈਂ ਤੇਰੇ ਵੱਲ ਦੀ ਹਾਂ ਤੇ ਆਹ ਗੱਲ ਕਰਦਿਆਂ ਤੇ ਇਸ ਤਰੀਕੇ ਹੋਇਆ ਜਦੋਂ ਉਹਨਾਂ ਤੋਂ ਇੰਟਰਵਿਊ ਲਈ ਗਈ ਤਾਂ ਉਹਨਾਂ ਤੇ ਇੰਨਾ ਕੁ ਦਬਾਅ ਪਾ ਦਿੱਤਾ ਗਿਆ ਸੀ ਘਰ ਦੇ ਵਿੱਚੋਂ ਕਿ ਜਾਂ ਤਾਂ ਮਾਂ ਬਾਹਰ ਕੱਢ ਦਿੱਤੀ ਜਾਏਗੀ ਜਾਂ ਮਾਂ ਹੀ ਵੱਢ ਦਿੱਤੀ ਜਾਏਗੀ ਜਾਂ ਉਹਦੇ ਨਾਲ ਦੀਆਂ ਧੀਆਂ ਜੋ ਹੋਰ ਛੋਟੀਆਂ ਨੇ ਉਹ ਵੀ ਇਸੇ ਤਰ੍ਹਾਂ ਵੱਢ ਦਿੱਤੀਆਂ ਜਾਣਗੀਆਂ ਯਾਨੀ ਇੰਨੇ ਦਬਾਅ ਅਧੀਨ ਕਰ ਦਿੱਤੀ ਗਈ ਕਿ ਉਹਨੇ ਆਪਣੇ ਹੀ ਕੁੱਖੋਂ ਜੰਮੀ ਨੂੰ ਵੱਢ ਸੁੱਟਿਆ ਇਹ ਜਿੰਨੀਆਂ ਇੰਟਰਵਿਊਜ਼ ਜਿਹੜੀਆਂ ਬਾਹਰ ਆਈਆਂ ਬਾਕੀ ਕੀ ਦੱਸਦੀਆਂ ਨੇ ਜਾਂ ਕੀ ਨਹੀਂ ਦੱਸਦੀਆਂ ਕਿਉਂਕਿ ਉਹਨਾਂ ਦੀ ਇੰਟਰਵਿਊ ਵੀ ਨਹੀਂ ਸੋ ਜਿੰਨੀਆਂ ਕੁ ਕੇਸਿਸ ਬਾਹਰ ਆ ਸਕੇ ਉਹਨਾਂ ਦੇ ਵਿੱਚ ਇਹੀ ਸੀ ਕਿ ਬਹੁਤ ਜ਼ਿਆਦਾ ਦਬਾਅ ਅਧੀਨ ਸੀ ਕਈਆਂ ਨੂੰ ਬਹੁਤ ਮਾਰਿਆ ਕੁੱਟਿਆ ਗਿਆ ਸੀ ਕਈਆਂ ਨੂੰ ਮਾਰਨ ਦੀ ਧਮਕੀ ਤੱਕ ਦੇ ਦਿੱਤੀ ਗਈ ਸੀ ਸੋ ਇਸ ਦੇ ਅਧੀਨ ਜੋ ਜੇਲ੍ਹਾਂ ਵਿੱਚ ਕੈਦ ਜਿਹੜੀਆਂ ਸਨ ਉਹਨਾਂ ਦੀ ਵੀ ਇੰਟਰਵਿਊ ਜਿਹਨਾਂ ਚੋਂ ਇੱਕ ਨਾਲ ਬਾਈ ਚਾਂਸ ਮੈਨੂੰ ਵੀ ਮੌਕਾ ਮਿਲਿਆ ਸੀ ਉਹਨੂੰ ਮਿਲਣ ਦਾ ਕਿਉਂਕਿ ਮੈਂ ਬਤੌਰ ਡਿਪਟੀ ਮੈਡੀਕਲ ਸੁਪਰਿੰਟੈਂਡੈਂਟ ਸਾਂ ਤੇ ਉਹ ਜੇਲ੍ਹਾਂ ਤੋਂ ਲੈ ਕੇ ਆਉਂਦੇ ਨੇ ਜਦੋਂ ਟ੍ਰੀਟਮੈਂਟ ਲਈ ਹਸਪਤਾਲ ਵਿੱਚ ਤਾਂ ਮੈਂ ਉਹਨੂੰ ਕੋਲ ਉੱਥੇ ਹੀ ਬਿਠਾ ਕੇ ਆਪਣੇ ਰੂਮ ਵਿੱਚ ਜਦੋਂ ਪੁੱਛਿਆ ਕਿ ਕੀ ਮਾਜਰਾ ਸੀ ਕਿਵੇਂ ਵਾਪਰਿਆ ਤਾਂ ਜਿਸ ਉਹਨੇ ਆਪਣੀ ਵਿਥਿਆ ਸੁਣਾਈ ਸੱਚ ਦੱਸਿਓ ਦੱਸਾਂ ਕਿ ਮੈਨੂੰ ਆਪ ਹੌਲ ਜਿਹਾ ਪੈ ਗਿਆ ਸੀ ਕਿਉਂਕਿ ਉਹਨੇ ਸੁਣਾਇਆ ਕਿ ਮੈਂ ਬਚਪਨ ਤੋਂ ਪਿਤਾ ਦੀ ਸਿਰਫ ਮਾਰ ਹੀ ਖਾਧੀ ਹੈ 12 ਵਰਿਆਂ ਦੀ ਸੀ ਜਦੋਂ ਵਿਆਹ ਦਿੱਤੀ ਗਈ ਸਕੂਲ ਭੇਜਿਆ ਨਹੀਂ ਮਾਰ ਕੁਟਾਈ ਭਰਾ ਤੋਂ ਵੀ ਖਾਂਦੀ ਸੀ ਤੇ ਪਿਓ ਤੋਂ ਵੀ ਖਾਂਦੀ ਸੀ ਉਹਦੀ ਮਾਂ ਬਚਪਨ ਚ ਪੂਰੀ ਹੋ ਗਈ ਸੀ ਸੋ ਉਹਦਾ ਕੰਮ ਸਿਰਫ ਰੋਟੀਆਂ ਸੱਪਣੀਆਂ ਤੇ ਖਵਾਉਣਾ ਤੇ ਝਾੜੂ ਮਾਰਨਾ ਤਾਂ ਸਿਰਫ ਆਹ ਜ਼ਿੰਦਗੀ ਸੀ ਤੇ 12 ਸਾਲ ਤੋਂ ਬਾਅਦ ਜਿਸ ਤਰੀਕੇ ਉਹਨੇ ਦੱਸਿਆ ਮੈਂ ਨਰਕ ਭੋਗਿਆ ਅੱਗੋਂ ਜਾ ਕੇ ਵੀ ਜੀ ਉਹਦੀਆਂ 4 ਧੀਆਂ ਸਨ ਇਹ ਸਭ ਤੋਂ ਵੱਡੀ ਸੀ ਜਿਹਦੇ ਨਾਲ ਇਹ ਹੋਇਆ ਉਸ ਕਿਹਾ ਕਿ ਮੇਰੇ ਤੋਂ
ਤਾਂ ਉਹ ਮਾਰ ਆਪ ਹੀ ਬਰਦਾਸ਼ਤ ਤੋਂ ਬਾਹਰ ਸੀ ਤੇ ਮੈਨੂੰ ਨਹੀਂ ਪਤਾ ਮੈਂ ਕਿਸ ਹਾਲ ਵਿੱਚ ਸਾਂ ਜਦੋਂ ਮੈਨੂੰ ਕਿਹਾ ਗਿਆ ਕਿ ਤੇਰੀਆਂ ਸਾਰੀਆਂ ਤੈਨੂੰ ਵੀ ਤੇ ਤਿੰਨਾਂ ਹੋਰ ਧੀਆਂ ਨੂੰ ਵੱਢ ਦੇਣਾ ਤੋਂ ਮੈਨੂੰ ਕੁਝ ਵੀ ਸੁੱਝਿਆ ਦਿਮਾਗ ਬੰਦ ਸੀ ਮੈਂ ਕੀ ਉਸ ਸਮੇਂ ਕੀਤਾ ਪਰ ਉਸ ਤੋਂ ਬਾਅਦ जेल भी लगता है कि मैं स्वर्ग विच रह रही हूं अंदाजा ला लो कि किस हाल विचों वो निकली होनी है ते की जिंदगी बतीत की होनी जी 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 हुण डॉक्टर साहब ਨਹੀਂ ਤੁਹਾਡੀ ਗੱਲ ਤੁਸੀਂ ਦੱਸਿਆ ਵੀ ਕਿਹੜੇ ਹਾਲਾਤਾਂ 'ਚੋਂ ਬਣ ਕੇ ਉਹ ਜਿਹੜੀ ਮੈਂਟਲ ਕੰਡੀਸ਼ਨ ਬਣ ਗਈ ਉਹਨੇ ਉਹ ਸਟੈਪ ਲਿਆ ਪਰ ਆਪਾਂ ਅੱਗੇ ਗੱਲ ਕਰਦੇ ਹਾਂ ਅੱਜ ਆਪਣੀਆਂ ਧੀਆਂ ਓਲੰਪਿਕਸ ਜਿੱਤ ਕੇ ਆਈਆਂ ਠੀਕ ਹੈ ਜਿਹੜੇ ਵੀ ਮੈਡਲ ਲੈ ਕੇ ਆਈਆਂ ਉਹਨਾਂ ਨੇ ਬਾਹਰਲੀ ਦੁਨੀਆ ਵੀ ਦੇਖੀ ਆ ਕਲਪਨਾ ਚਾਵਲਾ ਸਾਡੀ ਚਲੋ ਦੁਨੀਆ ਤੇ ਨਹੀਂ ਉਹ ਪੁਲਾੜ ਦੇ ਵਿੱਚ ਜਾ ਕੇ ਆਪਦੀ ਮੱਲਾ ਮਾਰੀ ਹੋਰ ਤੁਸੀਂ ਕਿਤੇ ਵੀ ਚਲੇ ਜਾਓ ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਜਦੋਂ ਵਾਪਸ ਉਹ ਘਰ ਜਾਂਦੀਆਂ ਨੇ ਚਾਹੇ ਉਹ ਪਿੰਡਾਂ ਦੀਆਂ ਹੁਣ ਸ਼ਹਿਰਾਂ ਦੀਆਂ ਸ਼ਹਿਰਾਂ ਦੇ ਵਿੱਚ ਅਰਬਨ ਏਰੀਆ ਦੇ ਵਿੱਚ ਵੀ ਪ੍ਰੋਬਲਮ ਆਈ ਆ ਹੁਣ ਦੇਖਣ ਵਾਲੀ ਸੋਚਣ ਵਾਲੀ ਗੱਲ ਇਹ ਬਣਦੀ ਹੈ ਕਿ ਉਸ ਤੋਂ ਬਾਅਦ ਵੀ ਜਦੋਂ ਪੜ੍ਹ ਲਿਖ ਜਾਂਦੀਆਂ ਯੂਨੀਵਰਸਿਟੀ ਗ੍ਰੈਜੂਏਟ ਹੋ ਜਾਂਦੀਆਂ IPS IAS ਆਫੀਸਰ ਬਣ ਜਾਂਦੀਆਂ ਉਹ ਬੈਕ ਜਦੋਂ ਆਪਦੇ ਪਿੰਡ ਜਾਂਦੇ ਆ ਕਿ ਉਹ ਕੁਛ ਨਾ ਕੁਛ ਤਾਂ ਗਿਆਨ ਕਿਸੇ ਨੂੰ ਦਿੰਦੀਆਂ ਹੋਣਗੀਆਂ ਕਿਉਂਕਿ ਤੁਸੀਂ ਤਾਂ ਬੜੇ ਬੜੇ ਦੇਖੇ ਹੋਣਗੇ ਕਿ ਫਲਾਨੀ IAS ਆਫੀਸਰ ਦੇ ਪਿੰਡ ਆ ਮੰਦਭਾਗੀ ਘਟਨਾ ਵਾਪਰ ਗਈ ਉਸ ਤੋਂ ਬਾਅਦ ਇਹ ਚੀਜ਼ ਇੰਪਰੂਵ ਕਿਉਂ ਨਹੀਂ ਹੋ ਰਹੀ ਜੀ ਜੀ ਕਿਉਂਕਿ ਦਰਅਸਲ ਜੇ ਤੁਸੀਂ ਦੇਖੋਗੇ ਨਾ ਜੇ ਪੰਜਾਬ ਦੇ ਪਿੰਡਾਂ ਵਿੱਚ ਕਿਉਂਕਿ ਜੇ ਆਪਾਂ ਗੱਲ ਹੀ ਬਹੁਤੀ ਨਹੀਂ ਸੀ ਕੀਤੀ ਇੱਥੇ ਜੱਟ ਸਿੱਖ ਖਾਸ ਕਰ ਟੱਬਰਾਂ ਦੇ ਫਿਗਰ ਸਾਡੇ ਕੋਲ ਆਏ ਨੇ ਬਾਕੀ ਉਹਨੇ ਨਹੀਂ ਉਹਨਾਂ ਵਿੱਚ ਇਹ ਕਤਲ ਸਭ ਤੋਂ ਵੱਧ ਹੋ ਰਹੇ ਨੇ ਜੋ ਅੰਕੜੇ ਬੋਲਦੇ ਨੇ ਹੁਣ ਉਹਨਾਂ ਦੀ ਅਣਖ ਇਸ ਤਰੀਕੇ ਆਈ ਹੈ ਕਿ ਉਹਨਾਂ ਦੇ ਪਿਛੋਕੜ ਵਿੱਚ ਕਦੇ ਵੀ ਕੋਈ ਕਾਤਲ ਨਹੀਂ ਸੀ ਯਾਨੀ ਇੱਦਾਂ ਦਾ ਕੋਈ ਬੈਕ ਉਹਨਾਂ ਦੀ ਨਹੀਂ ਸੀ ਪਰ ਇਸ ਤਰੀਕੇ ਦੀ ਇਹਨਾਂ ਨੂੰ ਪੁਸ਼ਤ ਦਰ ਪੁਸ਼ਤ ਇਹ ਸਿਖਾ ਦਿੱਤਾ ਗਿਆ ਕਿ ਔਰਤ ਅਧੀਨ ਹੀ ਰਹਿਣੀ ਹੈ ਤੇ ਸੱਤ ਜਨਮਾਂ ਦਾ ਦਾਗ ਲੱਗ ਜਾਣਾ ਤੁਹਾਡੀ ਪੱਗ ਤੇ ਤੁਹਾਡਾ ਉਹ ਇੱਜ਼ਤ ਜਿਹੜੀ ਖਾਨਦਾਨ ਦੀ ਸਿਰਫ ਤੇ ਸਿਰਫ ਉਹ ਟੋਕਰਾ ਸਿਰਫ ਧੀ ਤੇ ਰੱਖਿਆ ਜਾਣਾ ਇਹ ਸੋਚ ਹੀ ਪੁਸ਼ਤ ਦਰ ਪੁਸ਼ਤ ਅਗਾਂਹ ਤੁਰਦੀ ਹੈ ਕਿ ਉਹਨਾਂ ਨੂੰ ਉਸ ਸਮੇਂ ਹੋਰ ਕੁਝ ਸੁੱਝਦਾ ਹੀ ਨਹੀਂ ਕਿ ਸਾਡੀ ਇੱਜ਼ਤ ਪਿੰਡ ਵਿੱਚ ਕੀ ਰਹਿ ਜਾਣੀ ਹੈ ਸਿਰਫ ਇੱਥੇ ਤੱਕ ਦੀ ਸੋਚ ਹੈ ਜਿਹੜੀ ਉਹਨਾਂ ਨੂੰ ਧੀ ਨੂੰ ਵੱਢਣ ਤੱਕ ਲੈ ਜਾਂਦੀ ਹੈ ਤੇ ਕਮਾਲ ਦੀ ਗੱਲ ਵੇਖੋ ਕਿ ਇੰਨਾ ਕਰਨ ਦੇ ਬਾਅਦ ਜਦੋਂ ਜੇਲ੍ਹਾਂ ਵਿੱਚ ਵੀ ਚਲੇ ਜਾਂਦੇ ਨੇ ਕੇਸ ਵੀ ਚੱਲਦੇ ਨੇ ਹਰ ਥਾਂ ਤੇ ਉਹ ਸਗੋਂ ਹੱਲਾ ਚੇਰੀ ਨਾਲ ਬੁਰਾ ਕਹਿ ਕੇ ਜਾਣਗੇ ਵੀ ਅਸੀਂ ਤਾਂ ਜੀ ਕਮਾਲ ਕਰ ਦਿੱਤਾ ਮੈਨੂੰ ਬੜਾ ਮਾਰਕਾ ਮਾਰ ਸੀ ਇੱਜ਼ਤ ਤੇ ਵੱਟਾ ਨਹੀਂ ਲਾਣ ਦਿੱਤਾ ਧੀ ਭਾਵੇਂ ਵੱਢ ਦਿੱਤੀ ਇਹ ਸੋਚ ਸਾਡੀ ਇੰਨੀ ਕੁ ਸੰਕੀਰਣ ਹੈ ਇੰਨੀ ਕੁ ਮਾੜੀ ਹੈ ਕਿ ਅਸੀਂ ਅਜੇ ਵੀ ਉਹੀ 13ਵੀਂ ਸਦੀ ਵਿੱਚ ਹੀ ਬੈਠੇ ਹਾਂ ਕਿ ਧੀ ਆਪਣੇ ਦਾ ਵਿਆਹ ਕਰ ਹੀ ਨਹੀਂ ਸਕਦੀ ਤੇ ਜਿਸ ਤਰੀਕੇ ਮੈਂ ਤੁਹਾਨੂੰ ਸ਼ਹਿਰੀ ਦੱਸਦੀ ਹਾਂ ਪੜ੍ਹੀਆਂ ਲਿਖੀਆਂ ਬੇਟੀਆਂ ਦਾ ਦੱਸਦੀ ਹਾਂ ਕਿ ਕਿਸੇ ਵੀ ਅਹੁਦੇ ਤੇ ਪਹੁੰਚ ਜਾਣ ਸਿੱਖਿਆ ਅੱਜ ਵੀ ਮਾਂ ਜਾਂ ਪਿਓ ਇਹੀ ਦੇ ਕੇ ਤੋਰਦੇ ਨੇ ਵੀ ਉਸ ਥਾਂ ਤੋਂ ਤੇਰੀ ਅਰਥੀ ਹੋਈ ਨਿਕਲਣੀ ਚਾਹੀਦੀ ਹੈ ਕਿਉਂਕਿ ਤੂੰ ਜਿੱਥੇ ਵਸਣ ਜਾਣਾ ਉੱਥੋਂ ਇਹ ਡਾਇਵੋਰਸ ਵਰਗਾ ਸ਼ਬਦ ਸੋਚਣਾ ਵੀ ਨਹੀਂ ਸੋ ਬਹੁਤ ਹੈਗੀਆਂ ਨੇ ਕੁੜੀਆਂ ਜਿਹੜੀਆਂ ਅਹੁਦਿਆਂ ਦੇ ਨਾਲ ਵੀ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਨੇ ਇਹ ਫੈਕਟਸ ਨੇ ਮੈਂ ਤੁਹਾਨੂੰ ਡਾਕਟਰ ਸਾਹਿਬ ਇਹ ਬਹੁਤ ਸੀਰੀਅਸ ਇਸ਼ੂ ਹੈ ਡੋਮੈਸਟਿਕ ਵਾਇਲੈਂਸ ਦਾ ਜਿਹੜਾ ਘਰੇਲੂ ਹਿੰਸਾ ਦਾ ਇਹ ਆਪਾਂ ਕਿਸ ਦਿਨ ਅੱਡ ਸੈਸ਼ਨ ਲਾਵਾਂਗੇ ਪਰ ਜਿਹੜੀ ਤੁਸੀਂ ਗੱਲ ਕਹਿ ਰਹੇ ਹਾਂ ਕਿ ਬੱਚੀ ਪੜ੍ਹ ਵੀ ਗਈ ਅਹੁਦੇ 'ਤੇ ਵੀ ਚਲੇ ਗਈ ਪਰ ਜਦੋਂ ਦਾ ਵਿਆਹ ਹੁੰਦਾ ਘਰ ਫਿਰ ਉਹ ਚੀਜ਼ਾਂ ਦਾ ਸ਼ਿਕਾਰ ਫਿਰ ਹੋ ਰਹੀ ਹੈ ਪਰ ਉੱਥੇ ਦੇਖਣਾ ਉਹ ਆਵਾਜ਼ ਕਿਉਂ ਨਹੀਂ ਚੱਕ ਰਹੀ ਕੀ ਕਾਰਨ ਹੈ ਆਪਾਂ ਨਹੀਂ ਕਹਿੰਦੇ ਕਿ ਉਹ ਆਪਦੇ ਪਤੀ ਨੂੰ ਡਿਵੋਰਸ ਦੇਵੇ ਰਾਈਟ ਹੋਵੇ ਉਦੋਂ ਹੀ ਪਰ ਆਵਾਜ਼ ਚੱਕ ਕੇ ਕਿਤੇ ਨਾ ਕਿਤੇ ਮਾਮਲਾ ਸੋਲਵ ਹੋ ਸਕਦਾ ਉਹਨੂੰ ਫੋਲੋ ਕਰਕੇ ਕੋਈ ਕਿਤੇ ਹੋਰ ਜਾ ਕੇ ਘਰ ਵੱਸ ਸਕਦਾ ਇਦਾਂ ਕਿਤੇ ਨਾ ਕਹਿੰਦੇ ਨਾ ਇੱਕ ਦੋ ਤਿੰਨ ਗਿਣੋਗੇ ਤਾਂ 100 ਤੱਕ ਪਹੁੰਚੋਗੇ ਜੀ ਬਿਲਕੁਲ ਕਿਉਂਕਿ ਇਹੀ ਇੱਕ ਤਰੀਕਾ ਨਹੀਂ ਹੈ ਕਿ ਅਸੀਂ ਦਰਅਸਲ ਜਦੋਂ ਚੇਂਜ ਓਵਰ ਆਉਂਦੀ ਹੈ ਇੱਕ ਜਨਰੇਸ਼ਨ ਅੱਗੇ ਆਇਆ ਕਰਦੀ ਹੈ ਯਾਨੀ ਅੱਜ ਦੀ ਜਨਰੇਸ਼ਨ ਚਾਹੁੰਦੀ ਹੈ ਚੇਂਜ ਤਾਂ ਫਿਰ ਹਰ ਮਾਂ ਹਰ ਪਿਓ ਨੂੰ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਪਏਗੀ ਤਾਂ ਕਿ ਅਗਲੀ ਜਨਰੇਸ਼ਨ ਵਿੱਚ ਤਬਦੀਲੀ ਦਿਸੇ ਇਹ ਨਹੀਂ ਹੈ ਕਿ ਤਬਦੀਲੀ ਨਹੀਂ ਹੋਈ ਬਹੁਤ ਵੱਡੀ ਪੱਧਰ ਤੇ ਤਬਦੀਲੀ ਦਿਸ ਰਹੀ ਹੈ ਸਾਨੂੰ ਪਰ ਫਿਰ ਵੀ ਜਿਹੜੀ ਭੁਗਤ ਰਹੀਆਂ ਨੇ ਇਸ ਵੇਲੇ ਉਹ ਸ਼ਾਇਦ ਨਜ਼ਰ ਅੰਦਾਜ਼ ਹੋ ਰਹੀਆਂ ਨੇ ਕਿਉਂਕਿ ਟਿਪ ਆਫ ਆਈਸਬਰਗ ਹੈ ਜਿਹੜਾ ਤੁਹਾਨੂੰ ਦਿਖ ਰਿਹਾ ਚੋਟੀ ਤੇ ਪਹੁੰਚੀਆਂ ਔਰਤਾਂ ਮੈਂ ਇਸ ਕਰਕੇ ਗੱਲ ਜਿਵੇਂ ਮੈਂ ਹੁਣੇ ਸ਼ੁਰੂ ਹੀ ਕੀਤੀ ਸੀ ਗੱਲ ਕਿ ਮੈਂ ਡਿਸਟ੍ਰਿਕਟ ਲੈਵਲ ਦੀ ਕਮੇਟੀ ਦੀ ਮੈਂਬਰ ਹਾਂ ਜਿੱਥੇ ਸੈਕਸੁਅਲ ਹਰਾਸਮੈਂਟ ਦੀ ਕਮੇਟੀ ਵਿੱਚ ਮੈਂ ਹੈਰਾਨ ਹਾਂ ਥਾਂ ਤੇ ਡਾਇਰੈਕਟਰ ਪੱਧਰ ਦੀ ਔਰਤ ਵੀ ਉੱਥੇ ਆਉਂਦੀ ਹੈ ਕਿ ਮੈਨੂੰ ਵੀ ਸਕੱਤਰ ਨੇ ਇਸ ਤਰੀਕੇ ਛੇੜਿਆ ਮੇਰੀ ਬੋਟਮ ਪਿੰਚਿੰਗ ਹੋਈ ਆ ਮੈਨੂੰ ਇਸ ਤਰੀਕੇ ਦਾ ਕਮਰੇ 'ਚ ਸੱਦਿਆ ਗਿਆ ਕਿ ਮੈਨੂੰ ਸੁਣ ਕੇ ਦਿਲ ਕੰਬਦਾ ਹੈ ਕਿ ਇਸ ਪੱਧਰ ਦੀਆਂ ਔਰਤਾਂ ਕੀ ਕੁਛ ਸਹਿ ਰਹੀਆਂ ਨੇ ਤੇ ਚੁੱਪ ਨੇ ਤੇ ਜਿਹੜੀਆਂ ਕਿ ਪੰਜ ਪੰਜ ਛੇ ਛੇ ਸਾਲ ਚੁੱਪ ਰਹਿੰਦੀਆਂ ਨੇ ਫਿਰ ਆਵਾਜ਼ ਚੁੱਕਦੀਆਂ ਨੇ
ਇਹ ਨਾ ਸੋਚੋ ਕਿ ਸਮਾਜ ਬਿਹਤਰ ਹੋ ਗਿਆ ਉਹਨਾਂ ਦੇ ਲਈ, ਉਹ ਅਧੇ ਜ਼ਰੂਰ ਮਿਲ ਗਏ ਨੇ, ਪਰ ਜੀ ਅਜੇ ਜੀ ਉਸੇ ਤੁਸੀਂ ਇਹ ਦੇਖੋ ਕਿ ਜਿੱਥੇ ਮੈਂ ਬੈਠੀ ਹਾਂ ਜੋ ਕਮੇਟੀ ਵਿੱਚ ਕੋਈ ਮੇਲ ਮੈਂਬਰ ਹੈ ਉਹਦੀ ਨੈਚੁਰਲ ਟੈਂਡੈਂਸੀ ਬਾਹਰ ਆਉਂਦੀ ਹੈ ਵੀ ਔਰਤ ਹੀ ਖਰਾਬ ਹੋਏਗੀ, ਯਾਨੀ ਅਸੀਂ ਵੀ ਬੈਠੇ ਹਾਂ ਵਿੱਚ, ਪਰ ਇਹ ਸੋਚ ਸਾਡੀ ਵਿਕਸਿਤ ਨਹੀਂ ਹੋਈ ਮਰਦ ਪ੍ਰਧਾਨ ਸਮਾਜ ਵਿੱਚ ਕਿ ਉਹ ਬੰਦਾ ਪਹਿਲਾਂ ਕਹਿੰਦਾ ਜੀ ਔਰਤ ਹੀ ਖਰਾਬ ਹੋਏਗੀ, ਤੇ ਮੰਨ ਹੀ ਨਹੀਂ ਸਕਦਾ ਮੈਂ ਵੀ ਬੰਦਾ ਵੀ ਗਲਤ ਕੰਮ ਕਰ ਸਕਦਾ। परफेक्ट एग्जाम्पल दूंगा जी, परफेक्ट एग्जाम्पल डॉक्टर साहब तुम सुने होगा अपनी पंजाबी कुड़ी ही ITBP जी इंडियन तिब्बत प्रोटेक्शन जी बॉर्डर पुलिस थी सीनियर ऑफिसर बनी सी, उहदा जो कुछ वापरिया उन्हें बेचारी ने आके एक चैनल ते माणयोग ने सारे और दस्या भी मैनू नहीं पता साडी भैण हुण जॉब कर रही है या की कर रही मैनू नहीं पता, पर हैरानी इस गल की हुई कि एड्डी वड्डी ऑफिसर सी उहदी सुनवाई नहीं हुई दिल्ली तक, पता नहीं हूँ जॉब छड़ के बैठी है कर रही है कि नहीं कर रही, ये कितने ना कितने सिस्टम भी जिम्मेवार है, राइट? बिल्कुल मैं सहमत हूँ, सिस्टम जिम्मेवार है, पर उहदे विच अफसोस यह है कि असीं कमेटी च बैठे हाँ भी सानू स्नप करना पैंदा है भाई ये क्यों है, क्योंकि इत्थों तक कह दिता जांदा है फिर की होया सी जे 2 मिनट अलग बुला भी लिया, लाना असीं कह सकदे हां भी इहो जी सोच ते कि तुसीं अजे भी एक्सपैक्ट करदे हो कि औरत अपनी हक दी कमाई करके अपने मेहनत करके जिस पोजीशन ते पहुंची है क्यों उन्हों अजे भी अपने बॉस नू अगे उहदे अगे दलील होण जावे, क्यों पेश उहनू करदे हो, यानी सोच चेंज नहीं करदे उदों तक क्षमा करियो, ये चीजां वापरदियां रहणियां इहो जी सोच वालियां ने, भावें किन्नी उच्ची पद्धर ते प्रोफेसर होण यूनिवर्सिटीज दे या उस तों भी उच्चे, उह जदों इहो जी रखणगे ते अपनियां धीआं नू हरशिंदर कौर जी बहुत अच्छा एलैबरेट कर रहे ऑनर किलिंग सबजेक्ट नू, बड़ी वड्डी लानत है ऐसे इस समाज दे विच अजकल दे जो आप 21वीं सदी जी रहे जो हले भी आ प्रॉब्लम आप फेस कर रहे हैं, होर गल्लां करांगे पर आप रुकना पै रहा एक छोटी जी ब्रेक लई, इदां बने रहो जस पंजाबी। स्वागत जी तुहाडा सारिआं दा फेर प्रोग्राम ओपन प्लेटफॉर्म जस पंजाबी दे मंच तो, दर्शको साडे नाल बने हुए ने मानयोग डॉक्टर हरशिंदर कौर जी पटियाले तो। डॉक्टर साहब तुसीं बहुत सोहणा एलैबरेट तां कीता, हुण अपने खड़े हो जांदे क्वेश्चन कि जदों बच्चियां या ईवन कोएड सेंटर है जिथे बच्चे इकट्ठे जाते हैं कि स्टडी दे विच कुछ ऐसा ऐड किया जा सकता है जितों ओ फियर चक्या जा सके बच्चियां दे विचों, खास करके कि अगर तुहाडे नाल आ कुछ हुंदा है तो तुसीं ये जरूरी नहीं है कि फिजिकली फाइट करनी पर उहदी कंप्लेन करनी है और कंप्लेन तो बाद जिहड़ा है तुसीं जे उहदी सुनवाई नहीं तो तुसीं होर हल्ला मचाउणा है। अपने नाल कॉलर जुड़ गया, उस तो बाद आपां जारी करदे हां जी। डॉक्टर पन्नू तुसी ओनर हो, डॉक्टर साहब अपने ना ओनर बने हुए ने हरशिंदर कौर जी। जी मैं डॉक्टर साहब ने पूछना चाहवांगा कि जेडी ओनर किलिंग है या जेडे वुमेन्स दे उत्ते ज्यादतियां हुंदियां ने, इस मसले च पंजाब दी सोसाइटी बड़ी ओपन है, बड़ा इन्हां नूं इंटरनेशनल एक्सपोजर है, बहुत बाहर लोग गए हुए ने, इस दे बावजूद भी इहो जी समस्या आ रही है, इहदे की कारण ने, इहदा की ਕਿਤਾਂ ਦੀ ਸੋਚ ਰੱਖਦੇ ਨੇ ਪੰਜਾਬੀ ਲੋਕ। ਜੀ 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 ਡਾਕਟਰ ਸਾਹਿਬ ਸੁਣੋ ਜੀ, ਡਾਕਟਰ ਸਾਹਿਬ ਸਮਝ ਜੀ ਜਿਹੜਾ ਚਾਲੇ ਉਹਨਾਂ ਨੇ ਫਸਟ ਆਪਣਾ ਹਾਫ ਸ਼ਾਇਦ ਨਹੀਂ ਪੂਰਾ ਸੁਣ ਸਕੇ ਕਿਉਂਕਿ ਆਪਾਂ ਕਾਰਨਾਂ ਤੇ ਹੀ ਜ਼ੋਰ ਪਾਇਆ ਸੀ ਕਿ ਔਰਤ ਦੀ ਆਜ਼ਾਦੀ ਅਜੇ ਉਸ ਪੱਧਰ ਤੱਕ ਦਿੱਤੀ ਨਹੀਂ ਗਈ ਤੇ ਨਾ ਹੀ ਉਹਨੂੰ ਦਾ ਦਰਜਾ ਮਿਲਿਆ, ਤੇ ਦੂਸਰੀ ਇੱਕ ਵੱਡੀ ਚੀਜ਼ ਹੈ ਜਿਸ ਕਾਰਨ ਰੇਪ ਵੀ ਇੱਥੇ ਵੱਧ ਨੇ, ਜਿਸ ਕਾਰਨ ਜਿਹੜੇ ਜ਼ੁਲਮ ਹੋ ਰਹੇ ਨੇ ਔਰਤ ਤੇ ਉਹ ਵੀ ਵੱਧ ਨੇ, ਕਾਰਨ ਇਹ ਕਿ ਅਸੀਂ ਬੰਦ ਡੱਬੀ ਵਾਂਗ ਬਣਾ ਕੇ ਇੱਕ ਰੱਖ ਦਿੱਤਾ ਔਰਤ ਨੂੰ, ਜਿੱਥੇ ਕਮਰੇ ਵਿੱਚ ਵੀ ਬੰਦ ਡੱਬੀ ਹੋਏ ਸਭ ਤੋਂ ਪਹਿਲਾਂ ਖਿੱਚ ਉੱਧਰ ਹੀ ਹੁੰਦੀ ਹੈ ਕਿ ਕਿਸ ਪਾਸੇ ਜਾਣਾ। ਸਵੀਡਨ ਵਿੱਚ ਸਵਿਟਜ਼ਰਲੈਂਡ ਵੀ ਤੇ ਸਵੀਡਨ ਦੋਨੋਂ ਪਾਸੇ ਜਾਣ ਦਾ ਮੌਕਾ ਮਿਲਿਆ ਸੀ, ਜੋ ਮੈਂ ਉਹਨਾਂ ਦੀ ਜ਼ਿੰਦਗੀਆਂ ਚ ਉੱਥੇ ਝਾਤ ਮਾਰ ਕੇ ਆਈ ਹਾਂ ਕਿ ਉਹਨਾਂ ਨੇ ਹਸਪਤਾਲ ਦੇ ਬੱਚੇ ਨੂੰ ਹੀ ਸੁੱਟ ਦੇਣਾ ਸਵਿਮਿੰਗ ਵਿੱਚ, ਤੇ ਉਹ ਇਕੱਠਿਆਂ ਨੇ ਜਦੋਂ ਸਾਰਿਆਂ ਨੇ ਸ਼ੁਰੂ ਕਰਨੀ ਹੈ ਸਕੂਲ ਦੇ ਵਿੱਚ ਵੀ ਸਭ, ਤਾਂ ਐਟਲੀਸਟ ਉਹ ਇੱਕ ਦੂਜੇ ਪ੍ਰਤੀ ਉਸ ਤਰ੍ਹਾਂ ਦੀ ਖਿੱਚ ਸਰੀਰਕ ਭੁੱਖ ਖਤਮ ਹੋ ਜਾਂਦੀ ਹੈ ਜਿਸ ਸਦਕਾ ਇੰਨੀ ਵੱਡੀ ਪੱਧਰ ਤੇ ਇਹੋ ਜਿਹੇ ਰੇਪ ਤੇ ਉਹ ਚੀਜ਼ਾਂ ਨਹੀਂ ਹੁੰਦੀਆਂ ਜਿਹੜੇ ਇੱਥੇ ਅਸੀਂ ਉਹਨਾਂ ਨੂੰ ਬੰਦ ਡੱਬੀ ਬਣਾ ਕੇ ਰੱਖ ਦਿੱਤਾ। ਸੈਕਿੰਡ ਚੀਜ਼ ਹੈ ਕਿ ਜੋ ਅਸੀਂ ਇਸ਼ਤਿਹਾਰਾਂ ਦੇ ਵਿੱਚ ਜਿਸ ਤਰੀਕੇ ਔਰਤ ਨੂੰ ਛੈ ਬਣਾ ਕੇ ਰੱਖ ਦਿੰਦੇ ਹਾਂ, ਜਿਸ ਤਰੀਕੇ ਉਹਦੇ ਅੰਗ ਉਭਾਰਦੇ ਹਾਂ ਜਾਂ ਗੀਤਾਂ ਸੰਗੀਤਾਂ ਵਿੱਚ ਜਿਵੇਂ ਉਹਨੂੰ ਜ਼ਲੀਲ ਕਰਦੇ ਹਾਂ, ਉਹ ਔਰਤ ਪ੍ਰਤੀ
ਦੂਸਰੇ ਤਰੀਕੇ ਦਾ ਦਰਜਾ ਹੋਰ ਨੀਵਾਂ ਹੁੰਦਾ ਜਾਂਦਾ। ਐਜੂਕੇਸ਼ਨ ਦੇ ਵਿੱਚ ਅਸੀਂ ਕਿਸੇ ਵੀ ਲੈਵਲ ਤੇ ਜਿਉਣ ਦਾ ਢੰਗ ਨਹੀਂ ਸਿਖਾਉਂਦੇ, ਦੂਜੇ ਦੀ ਦੂਜੇ ਪ੍ਰਤੀ ਇੱਜ਼ਤ ਨਹੀਂ ਸਿਖਾਉਂਦੇ, ਸਿਰਫ ਇੱਕ ਡਾਕਟਰ ਇੰਜੀਨੀਅਰ ਬਿਜ਼ਨਸਮੈਨ ਬਣਾ ਦਿੰਦੇ ਆ, ਇਨਸਾਨ ਨਹੀਂ ਬਣਾਉਂਦੇ। ਇੱਕ ਦੂਜੇ ਨੂੰ ਗੱਲ ਵੀ ਗਾਲ ਕੱਢ ਕੇ ਮਾਂ ਜਾਂ ਭੈਣ ਦੀ ਜਾਂ ਓਏ ਕਹਿ ਕੇ, ਇਹ ਨਹੀਂ ਕਿ ਇੱਜ਼ਤ ਨਾਲ ਵੀਰ ਜਾਂ ਕੁਛ ਕਹਿ ਕੇ ਬੁਲਾਉਣ, ਇਸ ਤਰ੍ਹਾਂ ਦੀ ਚੀਜ਼ ਯਕੀਨ ਜਾਣੋ ਹੈ ਨਹੀਂ, ਅਸੀਂ ਨਹੀਂ ਦੇਖ ਰਹੇ। ਤੇ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਫੈਮਿਲੀ ਰਿਲੇਸ਼ਨ ਅਸੀਂ ਕਿਸ ਤਰ੍ਹਾਂ ਦੇ ਬਣਾ ਦਿੱਤੇ ਨੇ। ਜੀ 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 ਸਭ ਤੋਂ ਵੱਡੀ ਜੀ ਜੀ ਜਦੋਂ ਕਿਸੇ ਪਿਤਾ ਨੇ ਆਪਣੀ ਹੀ ਪਤਨੀ ਨੂੰ ਗਾਲਾਂ ਵੀ ਕੱਢਣੀਆਂ, ਮਾਰ ਕੁਟਾਈ ਵੀ ਕਰਨੀ ਹੈ, ਸ਼ਰਾਬ ਪੀ ਕੇ ਹੋ ਹੱਲਾ ਵੀ ਮਚਾਉਣਾ, ਚੀਜ਼ਾਂ ਵੀ ਭੰਨਣੀਆਂ, ਤੇ ਪੁੱਤਰ ਨੇ ਦੇਖਣਾ, ਧੀ ਨੇ ਵੀ ਦੇਖਣਾ ਕਿ ਘਰ ਵਿੱਚ ਔਰਤ ਚੁੱਪ ਚੁਪੀਤੇ ਸਭ ਕੁਛ ਸਹਿ ਕੇ ਬੈਠ ਗਈ ਹੈ, ਮੈਨੂੰ ਦੱਸੋ ਕੀ ਐਗਜ਼ਾਮਪਲ ਸੈੱਟ ਕਰਕੇ ਦੇ ਰਿਹਾ ਪੁੱਤਰ ਲਈ, ਤੇ ਕੀ ਧੀ ਨੇ ਸਹਿਣਾ ਅੱਗੋਂ ਉਹਨੂੰ ਬਣਾ ਕੇ ਦੇ ਰਹੇ। ਸੋ ਇਹ ਸਾਰਾ ਹੁੰਦਾ ਜੇ ਅਸੀਂ ਦੂਜਿਆਂ ਤੇ ਉਂਗਲ ਜ਼ਰੂਰ ਧਰਦੇ ਹਾਂ, ਪਰ ਮੈਨੂੰ ਅਫਸੋਸ ਹੁੰਦਾ ਜਦੋਂ ਵਿਕਸਿਤ ਮੁਲਕਾਂ ਚ ਪਹੁੰਚ ਕੇ ਸੋਚ ਨਾਲ ਲੈ ਜਾਂਦੇ ਨੇ, ਜਿੱਥੇ ਅੱਜ ਵੀ ਮੁੰਡੇ ਹੋਣ ਦੀਆਂ ਗੋਲੀਆਂ ਖਾਈਆਂ ਜਾਂਦੀਆਂ ਨੇ, ਜਿੱਥੇ ਅਜੇ ਵੀ ਮੰਤਰ ਮੰਤਰ ਤੁਸੀਂ ਜਾਣਦੇ ਹੋ ਸਭ ਕੁਛ ਉਹਨਾਂ ਮੁਲਕਾਂ ਚ ਵੀ ਹੋ ਰਿਹਾ, ਜਿੱਥੇ ਅਜੇ ਵੀ ਸੱਪ ਦਿੱਤੀ ਜਾਂਦੀ ਹੈ, ਜਿੱਥੇ ਅਜੇ ਵੀ ਤੁਹਾਡੇ ਸਾਹਮਣੇ ਹੈ ਕਿ ਉੱਥੋਂ ਧੀ ਬੁਲਾ ਕੇ ਇੱਥੇ ਮਾਮੇ ਨੇ ਕਤਲ ਕਰ ਦਿੱਤੀ। ਯਾਨੀ ਅਸੀਂ ਉਹ ਸੋਚ ਵਿਕਸਿਤ ਮੁਲਕਾਂ ਚ ਵੀ ਜਾ ਕੇ ਛੱਡੀ ਨਹੀਂ, ਅਸੀਂ ਔਰਤ ਨੂੰ ਆਜ਼ਾਦੀ ਦੇ ਨਹੀਂ ਸਕੇ। ਮੈਂ 100% ਤੇ ਇਹ ਨਹੀਂ ਲਾਗੂ ਕਰ ਰਹੀ, ਪਰ ਜਿੰਨੇ ਵੀ ਕੇਸ ਖਿਆਲ ਇੱਕ ਸ਼ਾਇਦ ਹੋਰ ਨਹੀਂ ਤੁਸੀਂ ਕੀਤਾ, 28% ਉਹਦੇ ਚਾਚੇ ਤੇ ਮਾਮੇ ਸਨ। ਜੀ 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 ਤੁਸੀਂ ਜੀ ਟੱਬਰ ਚ ਕੀ ਕਰਨ ਜਾ ਰਹੇ ਹੋ, ਸੋਚਣ ਵਾਲੀ ਗੱਲ ਹੈ ਜੀ, ਸੋਚਣ ਵਾਲੀ ਗੱਲ। ਡਾਕਟਰ ਸਾਹਿਬ ਇੱਕ ਨਾ ਕੇਸ ਹੋਇਆ ਸੀਗਾ ਜਿਹੜੇ ਤੁਸੀਂ ਇਨਡਾਇਰੈਕਟਲੀ ਥੋੜ੍ਹਾ ਮੈਂਸ਼ਨ ਵੀ ਕਰ ਰਹੇ ਹੋ ਕਿ ਵੈਨਕੂਵਰ ਸਾਈਡ ਕੈਨੇਡਾ ਤੋਂ ਫੈਮਿਲੀ ਗਈ ਅਤੇ ਉੱਥੇ ਜੋ ਕੁਛ ਵਾਪਰਿਆ ਐਟਲੀਸਟ ਆਈ ਥਿੰਕ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਆ, ਪਰ ਉਹ ਬਹੁਤ ਲੰਮਾ ਟਾਈਮ ਆ। ਉਸ ਤੋਂ ਬਾਅਦ ਵੀ ਜਿਹੜਾ ਨਿਗਾਰ ਜਾਰੀ ਹੈ, ਚਾਹੇ ਆਪਾਂ ਇਸ ਡਿਵੈਲਪ ਕੰਟਰੀਜ਼ ਦੇ ਵਿੱਚ ਬੈਠੇ ਹਾਂ, ਅਮੈਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਜਿੱਥੇ ਵੀ, ਉੱਥੇ ਵੀ ਇਹੀ ਸੋਚਣੀ ਹੈ ਕਿ ਸਾਡੇ ਹਿਸਾਬ ਨਾਲ ਚੱਲੇ। ਬਹੁਤ ਚੰਗੀ ਗੱਲ ਹੈ, ਬੱਚਾ ਆਪਦੇ ਹਿਸਾਬ ਨਾਲ ਚਲਾਉਣਾ, ਉਹਨੂੰ ਪੜ੍ਹਾਉਣਾ ਵੀ ਚਾਹੀਦਾ, ਪਰ ਜਦੋਂ ਆ ਜਾਂਦੀ ਹੈ ਗੱਲ, ਜਦੋਂ ਉਹ ਮੈਚੋਰ ਹੋ ਜਾਂਦੇ ਆ, ਉਹਨੂੰ ਚੰਗੇ ਮਾੜੇ ਦਾ ਆਪਦਾ ਪਤਾ ਲੱਗ ਜਾਂਦਾ, ਫਿਰ ਉਹਨੂੰ ਉਹਦੀ ਮਰਜ਼ੀ 'ਤੇ ਛੱਡ ਦੇਣਾ ਚਾਹੀਦਾ, ਮੇਰਾ ਤਾਂ ਇਹ ਖਿਆਲ ਹੈ। ਪਰ ਐਂਡ ਆਫ ਦਾ ਡੇ ਤੁਸੀਂ ਓਨਰ ਕਿਲਿੰਗ 'ਤੇ ਜਿਹੜੀ ਹੈ ਨਾ ਆਪਣੀ ਮੇਨ ਡਿਸਕਸ਼ਨ, ਜਿਹੜਾ ਕਿਸੇ ਬੰਦੇ ਨੂੰ ਕੋਈ ਹੱਕ ਨਹੀਂ ਕਿ ਕਿਸੇ ਦੂਸਰੇ ਜੀਵ ਜਾਂ ਪ੍ਰਾਣੀ ਨੂੰ ਮਾਰ ਦੇਣਾ, ਜੀਣਾ ਜਾਂ ਮਰਨਾ ਇਹ ਉਹ ਪਰਮਪਿਤਾ ਪਰਮਾਤਮਾ ਜਿਹਨੇ ਸ੍ਰਿਸ਼ਟੀ ਬਣਾਈ ਉਹਦੇ ਹੱਥ ਹੈ, ਤੁਸੀਂ ਮੰਨਦੇ ਹੋ ਇਸ ਗੱਲ ਨੂੰ, ਪਰ ਆਪਾਂ ਕਿਸੇ ਨੂੰ ਜਾਨੋ ਹੀ ਮਾਰ ਦੇਣਾ। ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਬੱਚਿਆਂ ਦੀ, ਆਪਾਂ ਕਿਸੇ ਹੋਰ ਵਿਸ਼ੇ 'ਚ ਆਪਾਂ ਕਿਸੇ ਹੋਰ ਕਿਲਿੰਗ ਦੀ ਗੱਲ ਵੀ ਕਰਾਂਗੇ। ਮੈਂ ਅੱਗੇ ਗੱਲ ਕੀਤੀ ਸੀ ਕਿ ਆਪਾਂ ਐਜੂਕੇਸ਼ਨ 'ਚ, ਯੂਨੀਵਰਸਿਟੀਜ਼, ਕਾਲਜ, ਹਾਈ ਸਕੂਲ 'ਚ ਆਹ ਕੁਛ ਪਾਈਏ ਕਿ ਜਿੱਥੇ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਭਰ ਦਿੱਤਾ ਜਾਵੇ ਕਿ ਜੇ ਆਹ ਕੁਛ ਹੋਇਆ ਤਾਂ ਤੁਸੀਂ ਆਵਾਜ਼ ਚੱਕਣੀ ਜ਼ਰੂਰ ਹੈ। ਇਹਨਾਂ ਕੰਟਰੀਆਂ ਦੀ ਗੱਲ ਕਰੀਏ, ਮੈਂ ਇੱਕ ਚੰਗੇ ਆਫਿਸ ਨੂੰ ਲੀਡ ਕਰਦਾ ਇੱਥੇ ਪੂਰੀ ਸਿਟੀ ਨੂੰ, ਜੇ ਕਿਸੇ ਧੀ ਭੈਣ ਬੱਚੀ ਨੇ ਚਾਹੇ ਕਿਸੇ ਕਮਿਊਨਿਟੀ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਦਾ ਸੁਪਰਵਾਈਜ਼ਰ ਨੂੰ ਰੂਮ 'ਚ ਬੁਲਾਉਂਦਾ, ਬਾਏ ਲਾ ਇੱਕ ਲੇਡੀ ਯੂਨੀਅਨ ਦੀ ਜਾਂ ਕੋਈ ਹੋਰ ਇੱਕ ਲੇਡੀ ਨਾਲ ਲਿਆਉਣੀ ਜ਼ਰੂਰੀ ਹੈ, ਤਾਂ ਕਿ ਜੇ ਕੋਈ ਕੁਐਸਚਨ ਪੁੱਛਣਾ, ਜਾਂ ਫਿਰ ਕਿ ਫੀਮੇਲ ਸੁਪਰਵਾਈਜ਼ਰ ਨੂੰ ਬਿਠਾ ਕੇ ਉਹ ਕੁਐਸਚਨ ਕਰਵਾ ਲਏ ਜਾਂਦੇ ਨੇ। ਇੱਦਾਂ ਦਾ ਸਿਸਟਮ ਉੱਥੇ ਕਿਉਂ ਨਹੀਂ ਡਿਵੈਲਪ ਹੋ ਸਕਦਾ, ਯੂਨੀਵਰਸਿਟੀਆਂ 'ਚ ਆਹ ਕੁਛ ਕਿਉਂ ਨਹੀਂ ਬੱਚਿਆਂ ਦੇ ਵਿੱਚ ਪਾਇਆ ਜਾਂਦਾ ਕਿ ਤੁਸੀਂ ਆਵਾਜ਼ ਚੱਕਣੀ ਜ਼ਰੂਰੀ ਹੈ? ਲਾਸਟ 2-4 ਮਿੰਟ ਹੈ ਜੀ, ਤੁਸੀਂ ਐਲਾਬਰੇਟ ਕਰੋ ਇੱਥੇ। ਜੀ ਬਿਲਕੁਲ, ਮੈਂ ਦੱਸਿਆ ਕਿ ਅਸੀਂ ਮਾਨਸਿਕ ਪੱਖੋਂ ਬੇਟੀ ਕਮਜ਼ੋਰ ਪੈਦਾ ਕਰਦੇ ਹਾਂ, ਕਿਉਂਕਿ ਜਦੋਂ ਕਿਤੇ ਹੱਲਾ ਹੁੰਦਾ, ਸਾਲ ਵਜੋਂ ਕੋਈ ਕੰਮ ਤੇ ਸਾਡੀ ਧੀ ਨਿਕਲੀ ਹੈ, ਉੱਥੇ ਕੁਛ ਮਾੜਾ ਉੱਚਾ ਹੋਇਆ, ਪਹਿਲਾ ਸਬਕ ਉਹਨੂੰ ਘਰੋਂ ਮਿਲਦਾ, ਚੱਲ ਛੱਡ ਗੱਲ ਦੱਬ ਦੇ ਕੋਈ ਨਾ। ਜਦੋਂ ਇਹ ਚੀਜ਼ ਬੱਚੀ ਨੂੰ ਦਿੱਤੀ ਜਾਵੇ, ਉਹ ਤੁਸੀਂ ਸੋਚੋ ਕਿਵੇਂ ਰਿਐਕਟ ਕਰੇਗੀ। ਦੂਜੇ ਪਾਸੇ ਉਸੇ ਬੱਚੀ ਨੂੰ ਉਹਦੀ ਮਾਂ ਕਵੇ, ਚੱਲ ਮੈਂ ਚੱਲਦੀ ਹਾਂ ਨਾਲ, ਦੇਖਦੀ ਹਾਂ ਕੌਣ ਤੇਰੇ ਉੱਤੇ ਕੈਰੀ ਅੱਖ ਪਾਉਂਦਾ, ਬਹੁਤ ਬਹੁਤ ਸਵਾਗਤ ਤੁਹਾਡਾ। ਹਾਂਜੀ, ਮੈਂ ਹਰਸ਼ਿੰਦਰ ਨਾਲ ਗੱਲ ਕਰਨਾ ਚਾਹੁੰਦਾ। ਹਾਂਜੀ, ਉਹ ਓਨਰ ਨੇ ਜੀ, ਪੁੱਛੋ। ਹਾਂਜੀ, ਤੁਸੀਂ ਪੁੱਛ ਸਕਦੇ ਹੋ ਜੀ, ਤੁਸੀਂ ਓਨਰ ਹੋ। ਹਾਂਜੀ, ਮੈਂ ਇਹ ਪੁੱਛਣਾ ਚਾਹੁੰਦਾ ਇਹਨਾਂ ਤੋਂ ਕਿ ਮਤਲਬ ਜਦੋਂ ਜੋ
ਪਿੱਛੇ ਹੋ ਰਿਹਾ ਲੜਕੀਆਂ ਦਾ ਆਪਾਂ ਸੋਚ ਰਹੇ ਲੜਕੀਆਂ ਬਹੁਤ ਚੰਗੀਆਂ ਨਹੀਂ ਸੀਗੀਆਂ ਆਪਣੇ ਵਿਆਹ ਹੁੰਦਾ ਸੀਗਾ ਬੋਲਦੀਆਂ ਸੀਗੀਆਂ ਹੁਣ ਇਹ ਕੁਐਸਚਨ ਹੈ ਕਿ ਹੁਣ ਲੜਕੀਆਂ ਨੂੰ ਫਰੀਡਮ ਦਿੱਤੀ ਗਈ ਜਿਵੇਂ ਕਿ ਨਿਹਰੇ ਚੱਲ ਗਈਆਂ ਕੁੜੀਆਂ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਜੀ ਬਹੁਤ 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 ਅੱਛਾ ਕਨੇਡਾ ਚ ਜੀ ਡਾਕਟਰ ਸਾਹਿਬ ਹਾਂ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀ ਐਜੂਕੇਸ਼ਨ ਸਿਸਟਮ ਦੇ ਵਿੱਚ ਤੁਸੀਂ ਆਪਣੇ ਇੱਕ ਡੇਢ ਮਿੰਟ ਰਹਿ ਗਿਆ ਉਹਦੇ ਵਿੱਚ ਵਾਈਂਡ ਅਪ ਕਰੋ ਇਹਦੇ ਵਿੱਚ ਵੀ ਕਿੱਦਾਂ ਐਜੂਕੇਸ਼ਨ 'ਚ ਕੀ ਪਾਇਆ ਜਾ ਸਕੇ ਜੀ ਐਜੂਕੇਸ਼ਨ ਦੇ ਵਿੱਚ ਦੋ ਤਿੰਨ ਚੀਜ਼ਾਂ ਬੜੀਆਂ ਸਪਸ਼ਟ ਸਾਨੂੰ ਸਕੂਲ ਐਜੂਕੇਸ਼ਨ ਖਾਸ ਤੌਰ ਤੇ ਸਪਸ਼ਟ ਕਰਨਾ ਚਾਹੀਦਾ ਪਹਿਲੀ ਚੀਜ਼ ਕਿ ਇਹੋ ਜਿਹੇ ਡਿਬੇਟ ਡੈਕਲਮੇਸ਼ਨ ਜਿੱਥੇ ਇੱਕ ਦੂਜੇ ਦੇ ਪੂਰਕ ਬਣਦੇ ਦਿਸਣ ਆਉਣ ਯਾਨੀ ਮੁੰਡਿਆਂ ਨੂੰ ਇਹ ਦਿੱਤੇ ਜਾਣ ਸੈਮੀਨਾਰ ਕਿ ਦੱਸੋ ਜੀ ਕੁੜੀਆਂ ਦੀ ਕਿਉਂ ਲੋੜ ਹੈ ਕਿਵੇਂ ਉਹਨਾਂ ਦੀ ਇੱਜ਼ਤ ਕੀਤੀ ਜਾ ਸਕਦੀ ਹੈ ਕਿਵੇਂ ਬਰਾਬਰ ਲਿਆਇਆ ਜਾ ਸਕਦਾ ਇਸੇ ਤਰ੍ਹਾਂ ਕੁੜੀਆਂ ਸੈਮੀਨਾਰ ਜਿਹਦੇ ਦਿੱਤੇ ਜਾਣ ਕਿ ਭਈ ਤੁਸੀਂ ਬੋਲੋ ਕਿ ਤੁਸੀਂ ਕਿਵੇਂ ਯੋਗਦਾਨ ਪਾਓਗੀਆਂ ਉਹਨਾਂ ਦੇ ਨਾਲ ਬਰਾਬਰ ਹੋ ਕੇ ਸੋ ਇਹ ਹੁੰਦੀ ਜੇ ਪੋਜ਼ਿਟਿਵ ਐਟੀਟਿਊਡ ਕਿ ਅਸੀਂ ਬੱਚਿਆਂ ਨੂੰ ਹੀ ਉਸ ਤਰੀਕੇ ਦੇ ਕਰੀਏਗਾ ਕਿ ਤੁਸੀਂ ਇੱਕ ਦੂਜੇ ਦੇ ਪੂਰਕ ਬਣਨਾ ਜੇ ਨਾ ਕਿ ਇੱਕ ਦੂਜੇ ਨੂੰ ਧੱਕ ਕੇ ਲੱਗਣਾ ਉਹਦੇ ਵਿੱਚ 2% ਔਰਤਾਂ ਵੀ ਆ ਜਾਂਦੀਆਂ ਨੇ ਜੋ ਜ਼ੁਲਮ ਢਾਉਂਦੀਆਂ ਨੇ ਤੇ ਉਧਰੋਂ 98 ਵੀ ਆ ਜਾਂਦੇ ਨੇ ਜਿਹੜੇ ਜ਼ੁਲਮ ਸਹਿ ਰਹੀਆਂ ਨੇ ਜਿਹਨਾਂ ਵਿੱਚੋਂ ਕਿ 67% ਚੁੱਪ ਰਹਿ ਜਾਂਦੀਆਂ ਨੇ ਕੁਝ ਬੋਲ ਵੀ ਰਹੀਆਂ ਨੇ ਪਰ ਗੱਲ ਸਿਰਫ ਇਹ ਅਸੀਂ ਆਪਣੇ ਅੰਦਰ ਧਿਆਨ ਮਾਰ ਕੇ 21ਵੀਂ ਸਦੀ ਚ ਪਹੁੰਚ ਗਏ ਮਾਰਨ ਦੀ ਗੱਲ ਕਰਦੇ ਹਾਂ ਪਰ ਧਾਰਮਿਕ ਦੋਗਲਾਪਨ ਛੱਡ ਨਹੀਂ ਸਕੇ ਬਿਲਕੁਲ ਉਸੇ ਤਰ੍ਹਾਂ ਔਰਤ ਸਹੀ ਮਹਿਨਾ ਵਿੱਚ ਉਹ ਕੀ ਆਜ਼ਾਦੀ ਦੇ ਸਕੇ ਜੋ ਉਹਨੂੰ ਉਹਦੀ ਉਹ ਹੱਕਦਾਰ ਹੈ ਉਹਨੂੰ ਜਿਸ ਦਿਨ ਆਪਾਂ ਨਹੀਂ ਗਿਣ ਲਈਏ ਕਿ ਰਾਜੇ ਮਹਾਰਾਜੇ ਵੀ ਇਹਦੇ ਅੱਗੇ ਝੁਕਣ ਵਾਲੇ ਨੇ ਇਸੇ ਦੇ ਕੁੱਖ ਚੋਂ ਪੈਦਾ ਹੁੰਦੇ ਨੇ ਸਹੀ ਮਹਿਨਿਆਂ ਵਿੱਚ ਉਹਨੂੰ ਬਣਦੀ ਇੱਜ਼ਤ ਜ਼ਰੂਰ ਦੇ ਸਕਾਂਗੇ ਉਹਦੇ ਨੇ ਆਨਰ ਕਿਲਿੰਗ ਵੀ ਰੁਕ ਜਾਣਗੇ ਜੀ ਜੀ ਡਾਕਟਰ ਸਾਹਿਬ ਤੁਸੀਂ ਅੱਜ ਟਾਈਮ ਕੱਢਿਆ ਬਹੁਤ ਵਧੀਆ ਐਲੈਬਰੇਟ ਕੀਤਾ ਅਗੇਨ ਸਾਡਾ ਕਿ ਕੋਈ ਮਤਲਬ ਨਹੀਂ ਕਿਸੇ ਨੂੰ ਹਰਟ ਕਰਨ ਦਾ ਜਿੱਥੇ ਬੱਚੀਆਂ ਨੂੰ ਜਿੱਥੇ ਕੁਐਸਚਨ ਖੜ੍ਹੇ ਹੁੰਦੇ ਕਿ ਹੱਦ ਤੋਂ ਜ਼ਿਆਦਾ ਆਜ਼ਾਦੀ ਦੇ ਕੇ ਉਹ ਕਿਸੇ ਹੋਰ ਰਾਹ 'ਤੇ ਤੁਰ ਪਈਆਂ ਆਪਾਂ ਸ਼ਾਇਦ ਇੱਕ ਸੈਸ਼ਨ ਲਾਇਆ ਵੀ ਸੀ ਤਾਂ ਆਪਾਂ ਡੈਫੀਨੇਟਲੀ ਫਿਰ ਲਾਵਾਂਗੇ ਕਿ ਹਰ ਚੀਜ਼ ਦੀ ਲਿਮਿਟਸ ਹੁੰਦੀ ਹੈ ਚਾਹੇ ਬੱਚੀ ਤਾਂ ਬੱਚਾ ਜਦੋਂ ਲਿਮਿਟਸ ਕ੍ਰਾਸ ਕਰਦਾ ਤਾਂ ਫਿਰ ਉਹ ਆਪਦੀ ਹਰੇਕ ਐਕਸ਼ਨ ਦਾ ਜ਼ਿੰਮੇਵਾਰ ਉਹ ਹੁੰਦਾ ਆ ਡਾਕਟਰ ਸਾਹਿਬ ਆਪਣੇ ਕੋਲ ਕੁਐਸਚਨ ਬਹੁਤ ਸੀ ਪਰ ਅੱਜ ਵਕਤ ਨਹੀਂ ਹੈ ਤੁਸੀਂ ਅੱਜ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਕੋ ਨੇ ਡਾਕਟਰ ਹਰਸ਼ਿੰਦਰ ਕੌਰ ਪਟਿਆਲੇ ਤੋਂ ਸਾਡੇ ਨਾਲ ਹਰ ਵਿਸ਼ੇ 'ਤੇ ਬੜੇ ਖੁੱਲ੍ਹ ਕੇ ਆਪਦੇ ਵਿਚਾਰ ਰੱਖਦੇ ਰਹਿੰਦੇ ਨੇ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ ਆਪਾਂ ਫਿਰ ਮਿਲਦੇ ਹਾਂ ਕਿਸੇ ਕੱਲ੍ਹ ਨੂੰ ਕਿਸੇ ਵਧੀਆ ਮਹਿਮਾਨ ਦੇ ਨਾਲ ਵਧੀਆ ਵਿਸ਼ੇ ਦੇ ਨਾਲ ਆਪਣਾ ਪੂਰਾ ਖਿਆਲ ਰੱਖਣਾ ਮੈਨੂੰ ਗੁਰਲਾਲ ਨੂੰ ਦੀ ਇਜਾਜ਼ਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ